ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਹਰ ਵਾਰ ਜਦੋਂ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪਰਲਲ ਗਰਬ ਸਾਫਾ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਵਾਪਸ ਜੀ ਦੋਸਤੋ ਬੜੀਆਂ ਅਹਿਮ ਖਬਰਾਂ ਅਹਿਮ ਗੱਲਾਂ ਬਾਤਾਂ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਇੱਕ ਤਾਂ ਹੁਣ ਪਿਛਲੇ ਦਿਨੀ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਨਿਕਲ ਕੇ ਹੱਡੀ ਹੈ ਪੰਚਾਇਤੀ ਚੋਣ ਦਾ ਕੀ ਰਿਵਿਊ ਹੈ ਕਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੇ ਆਪਣੇ ਨਜ਼ਰੀਏ ਨਾਲ ਸਾਰਾ ਕੁਝ ਦੇਖਿਆ ਉਹ ਆਪਾਂ ਸਮਝਾਂਗੇ ਕਿਉਂਕਿ ਇੱਕ ਕਾਫਲੇ ਦੇ ਰੂਪ ਦੇ ਵਿੱਚ ਰਬਸਰਵਰੀ ਪੂਰੇ ਪੰਜਾਬ ਦੇ ਵਿੱਚ ਗਏ ਸੀ ਜਿੱਥੇ ਲੋਕਾਂ ਨੂੰ ਅਵੇਅਰ ਕੀਤਾ ਸੀ ਕਿ ಗ್ರಾಮ ਸਭਾ ਦੀ ਕੀ ਤਾਕਤ ਹੁੰਦੀ ਹੈ ਪੰਚਾਇਤਾਂ ਕਿਦਾਂ ਹੁੰਦੀ ਚੁਣੀਏ ਥੋਡੀ ਕੀ ਭੂਮਿਕਾ ਹੋ ਸਕਦੀ ਹੈ ਪੰਚਾਇਤਾਂ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਪੰਚਾਇਤੀ ਚੋਣਾਂ ਹੋਈਆਂ ਪੰਚਾਇਤ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਵਿਰੋਧੀ ਧਿਰ ਦੇ ਆਪਣੇ ਆਪਣੇ ਰੋਲ ਰਹੇ ਉਹ ਕੀ ਰਹੇ ਉਹਦੇ ਤੇ ਗੱਲ ਕਰਾਂਗੇ ਇਸ ਦੇ ਨਾਲ ਨਾਲ ਪੰਥਕ ਸਿਆਸਤ ਦੇ ਵਿੱਚ ਜਿਸ ਤਰੀਕੇ ਦਾ ਪਹਚਾੜ ਹੈ ਸ਼ਰੋਮਣੀ ਅਕਾਲੀ ਦਲ ਜਿਹੜੀ ਲਗਾਤਾਰ ਪਾਰਟੀ ਵਾਅਦਿਆਂ ਦੇ ਵਿੱਚ गिर ਰਹੀ ਹੈ ਇੱਕ ਵਿਵਾਦ ਦੇ ਵਿੱਚ ਹੋਰ ਗਿਰ ਗਈ ਜਥੇਦਾਰ ਸਾਹਬ ਜੀ ਤੁਸੀਂ ਲਗਾਤਾਰ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਉਹ ਗੱਲ ਵੀ ਆਪਾਂ ਲਵਾਂਗੇ ਇਸ ਤੋਂ ਇਲਾਵਾ ਇੱਕ ਤੀਜੀ ਖਬਰ ਬੜੀ ਇੰਪੋਰਟੈਂਟ ਖਬਰ ਹੈ ਉਹ ਹੈਗੀ ਹੈ ਨਾਗਰਿਕਾ ਦੇ ਨਾਲ ਜੁੜੀ ਹੋਈ ਉਸੀਂ ਲਗਾਤਾਰੇ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਆਪਾਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਵੀ ਇਹ ਗੱਲ ਰਹੀ ਹੈ ਕਿ ਦੂਜੇ ਲੋਕਾਂ ਕੇ ਪੰਜਾਬ ਦੇ ਵਿੱਚ ਵੋਟਾਂ ਬਣਾਉਂਦੇ ਨੇ ਇੱਥੇ ਚੋਣਾਂ ਲੜਦੇ ਨੇ ਵਿਰੋਧ ਹੁੰਦਾ ਸੋਸ਼ਲ ਮੀਡੀਆ ਦੇ ਉੱਪਰ ਉਹ ਉਸ ਦਾ ਪੈਟਰਨ ਕੀ ਹੈ ਇਸੇ ਤਰੀਕੇ ਦੇ ਨਾਲ ਇੱਕ ਸੁਪਰੀਮ ਕੋਰਟ ਦਾ ਫੈਸਲਾ ਆਸਾਮ ਦੀ ਨਾਗਰਿਕਤਾ ਨੂੰ ਲੈ ਕੇ ਉਹਦਾ ਕਿਸ ਤਰੀਕੇ ਦੇ ਨਾਲ ਪੂਰਾ ਰਿਵਿਊ ਹੈ ਉਹ ਵੀ ਡਾਕਟਰ ਸਾਹਿਬ ਤੋਂ ਲਾਵਾਂਗੇ ਸਭ ਤੋਂ ਪਹਿਲਾਂ ਗੱਲ ਪੰਚਾਇਤ ਚੋਣਾਂ ਤੋਂ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਦੇਖੋ ਕਿ ਤੁਸੀਂ ਕਾਫਲੇ ਦੇ ਰੂਪ ਦੇ ਵਿੱਚ ਪੰਜਾਬ ਪੰਜਾਬ ਗਏ ਲੋਕਾਂ ਦੇ ਨਾਲ ਤੁਸੀਂ ਫੇਸ ਟੂ ਫੇਸ ਜੁੜੇ ਪਿੰਡਾਂ ਦੇ ਵਿੱਚ ਗਏ ਸੱਥਾਂ ਦੇ ਵਿੱਚ ਗਏ ਲੋਕਾਂ ਨੂੰ ਦੱਸਿਆ ਕਿ ਉਹਨਾਂ ਦਾ ਅਧਿਕਾਰ ਕੀ ਹੈ ਲੋਕਾਂ ਨੂੰ ਦੱਸਿਆ ਕਿ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਪੰਚਾਇਤਾਂ ਦੀ ਕੀ ਤਾਕਤ ਹੁੰਦੀ ਹੈ ਤੁਸੀਂ ਪੰਚਾਇਤੀ ਚੋਣ ਦੇ ਵਿੱਚ ਆਪਣੀ ਕੀ ਭੂਮਿਕਾ ਅਦਾ ਕਰ ਸਕਦੇ ਹੋ ਇੱਕ ਤੁਸੀਂ ਗਰਾਊਂਡ ਲੈਵਲ ਦੇ ਉੱਪਰ ਇੱਕ ਥਾਟ ਲੈ ਕੇ ਗਏ ਇੱਕ ਵਿਚਾਰ ਲੈ ਕੇ ਗਏ ਤਾਂ ਇੱਕ ਸਮਾਜ ਦੇ ਵਿੱਚ ਚੰਗੀ ਚੀਜ਼ ਅੱਗੇ ਵੱਧ ਸਕੇ ਪਰ ਉਹ ਸਭ ਕਾਸੇ ਦੇ ਬਚਾਲੇ ਜਦੋਂ ਰਾਜਨੀਤੀ ਦੀ ਐਂਟਰੀ ਹੁੰਦੀ ਹੈ ਭਾਵੇਂ ਉਹ ਕਾਲੀ ਦਲ ਹੋਵੇ ਸ਼ਰਮਣੀ ਅਕਾਲੀ ਦਲ ਜਾਂ ਫਿਰ ਕਾਂਗਰਸ ਹੋਵੇ ਅੱਜ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਜਾਂ ਫਿਰ ਇਹ ਪਾਰਟੀ ਹੋਵੇ ਜਦੋਂ ਇਹ ਆਪਣੇ ਤੌਰ ਤਰੀਕਿਆਂ ਦੇ ਨਾਲ ਚੀਜ਼ਾਂ ਡੀਲ ਕਰਦੇ ਨੇ ਉਦੋਂ ਫਿਰ ਉਹਨਾਂ ਚੀਜ਼ਾਂ ਦੇ ਉੱਪਰ ਕੀ ਅਸਰ ਹੁੰਦਾ ਤਾਂ ਜਿਹੜੀ ਪੰਚਾਇਤੀ ਚੋਣਾਂ ਹੋਈਆਂ ਨੇ ਹੁਣ ਥੋੜਾ ਇੱਕ ਲੰਮਾ ਤਜਰਬਾ ਗਰਾਊਂਡ ਦੇ ਉੱਪਰ ਵੀ ਥੌਟ ਦੇ ਉੱਪਰ ਵੀ ਵਿਚਾਰ ਦੇ ਉੱਪਰ ਵੀ ਇਸ ਤਰੀਕੇ ਨਾਲ ਸਾਰਾ ਕੁਝ ਦੇਖ ਰਹੇ ਹੋ ਜੀ ਦੇਖੋ ਭੰਗੋ ਸਾਹਿਬ ਮੁਕੱਦਮਾ ਕੋਈ ਅੱਜ ਦਾ ਕੰਮ ਤਾਂ ਹੈ ਨਹੀਂ ਪਹਿਲਾਂ ਭਾਈਚਾਰਕ ਪੰਚਾਇਤਾਂ ਹੁੰਦੀਆਂ ਸੀ ਹੌਲੀ ਹੌਲੀ ਫਿਰ ਜਦ ਦੇਸ਼ ਆਜ਼ਾਦ ਹੋਇਆ ਤਾਂ ਉਹਨਾਂ ਕਾਨੂੰਨੀ ਰੂਪ ਮਿਲ ਗਿਆ ਪੰਚਾਇਤਾਂ ਨੂੰ ਫਿਰ ਸੁਪਨ ਪੰਚਾਇਤ ਐਕਟ ਸੀ 1959 ਦਾ ਪੰਜਾਬ ਦਾ ਪੰਚਾਇਤ ਐਕਟ ਸੀ ਫਿਰ ਬਾਅਦ ਵਿੱਚ ਪੰਜਾਬ ਪੰਚਾਇਤ ਐਕਟ 202 ਚੱਲਦਾ ਰਿਹਾ ਉਸ ਤੋਂ ਬਾਅਦ ਫਿਰ 94 ਚ ਆ ਕੇ ਨੂੰ ਸੰਵਿਧਾਨਕ ਦਰਜਾ ਮਿਲ ਗਿਆ ਪੰਚਾਇਤਾਂ ਨੂੰ ਪਹਿਲਾਂ ਕਾਨੂੰਨੀ ਦਰਜਾ ਸੀ ਤੇ ਉਸ ਸੰਵਿਧਾਨਕ ਦਰਜੇ ਦੇ ਨਾਲ ਜਿਹੜਾ ਸੀ 1993 ਦੇ ਵਿੱਚ 73ਵੀਂ ਛੋਥੀ ਤਰਮੀਮ ਹੋਈ ਸਰਦਾਂ ਦੀ ਤੇ ਉਹ ਨਹੀਂ ਸੱਚਾ ਮੈਂ ਦਾ ਪੰਜਾਬ ਪੰਚਾਇਤ ਐਕਟ ਹੈ ਗਿਲੇ ਕਾਨੂੰਨਾਂ ਲਈ ਗਿਲੇ ਚਾਹੇ ਤੇ ਗਿਉਣਾ ਹੋ ਗਿਆ ਨੇ ਇਹ ਇੱਕ ਸਭ ਤੋਂ ਵੱਡੀ ਸਿੱਧੀ ਜਮਹੂਰੀਅਤ ਬਾਕੀ ਜਗ੍ਹਾ ਤੇ ਜਮਹੂਰੀਅਤ ਜੇ ਵੀ ਹੈ ਉਹ ਨੁਮਾਇੰਦਾ ਜਮਹੂਰੀਅਤ ਹੈ ਜਿਵੇਂ ਆਪਾਂ ਐਮਐਡੀ ਚੁੰਨਦੇ ਆ ਐਮਐਡੀ ਸਮਝੀ ਨੁਮਾਇੰਦੀ ਕਰਦਾ ਉੱਥੇ ਤੁਸੀਂ ਨਹੀਂ ਜਾਂਦੇ ਵਿਧਾਨ ਸਭਾ ਚ ਬੋਲ ਸਕਦੇ ਇਸੇ ਤਰ੍ਹਾਂ ਜਿਵੇਂ ਅਸੀਂ ਜਿਹੜਾ ਪ੍ਰੀਸ਼ਿ ਚੁੰਨਦੇ ਆ ਉੱਥੇ ਜਿਹੜਾ ਪ੍ਰੀਸ਼ ਜਿਹੜਾ ਮੈਂਬਰ ਆ ਉਹ ਸਾਡੀ ਨੁਮਾਇੰਦੀ ਕਰਦਾ ਉਹ ਸਾਡੇ ਲਈ ਰਾਜ ਸੰਸਦ ਕੀ ਜਿਹੜਾ ਮੈਂਬਰ ਚੁਣਨਾ ਜਾਂਦਾ ਉਹ ਨਿਮਾਇੰਤ ਕੀ ਕਰਦਾ ਹੈ ਲੋਕ ਸਭਾ ਚ ਵੀ ਇਹੀ ਹੈ ਰਾਜ ਸਭਾ ਚ ਵੀ ਇਹੀ ਹੈ ਜੇ ਪੰਚਾਇਤ ਦੇ ਵਿੱਚ ਇਹ ਹੈ ਵੀ ਜਿੰਨੇ ਪਿੰਡ ਦੇ ਵੋਟਰ ਨੇ ਸਾਰੇ ਨਿਮਾਇੰਤ ਕੀ ਕਰਦੇ ਨੇ ਕਿ ਟੋ ਚੋਣ ਨਹੀਂ ਕਰਾਉਣੀ ਉਹ ਕਈ ਮੈਂਬਰ ਨੇ ਆਪਦੇ ਪਿੰਡ ਦੀ ਭਾਵੀ ਮੈਂਤ ਨੇ ਇਹ ਏਡੀ ਵੱਡੀ ਇੱਕ ਤਾਕਤ ਹੈ ਜਿਹੜੀ ਪਿੰਡਾਂ ਦਾ ਵੀ ਪੰਜਾਬ ਦਾ ਵੀ ਬਦਲਾ ਕਰ ਸਕਦੀ ਹੈ ਪਰ ਇਸ ਨੂੰ ਸਿਆਸੀ ਪਾਰਟੀਆਂ ਨੇ ਆਪਣੇ ਦਮੇ ਛੱਡੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਿਆਸੀ ਪਾਰਟੀਆਂ ਨੇ ਝੂਠਾ ਲਖਾ ਲੈਣ ਦੀ ਕੋਸ਼ਿਸ਼ ਕੀਤੀ ਹੈ ਪਿੰਡਾਂ ਦੇ ਸ੍ਰੋਤਾ ਨੂੰ ਸਿਆਸੀ ਪਾਰਟੀਆਂ ਸਿਆਸੀ ਆਗੂ ਸਰਕਾਰ ਤੇ ਸਰਕਾਰੀ ਅਧਿਕਾਰੀ ਇਹ ਰੰਗ ਕੇ ਰੁੱਟ ਰਹੇ ਨੇ ਤੇ ਉਹਦੇ 'ਚ ਥੋੜਾ ਬੋਟਾ ਰਹੂਗਾ ਸਰਪੰਚ ਨੂੰ ਵੀ ਦੇ ਦਿੰਦੇ ਉਹ ਮੁੜ ਕੇ ਫਸਦੇ ਪੈਂਦੇ ਸਰਪੰਚ ਇਹ ਵੱਡੀ ਸਮੱਸਿਆ ਬੜੀ ਪਾਰਟੀਆਂ ਇਹ ਜੇ ਜ਼ੋਨਾਂ ਦੇ ਵਿੱਚ ਝਗੜੇ ਤਾਂ ਪਹਿਲਾਂ ਤੋਂ ਹੁੰਦੇ ਆਏ ਨੇ ਸਭ ਤੋਂ ਪਹਿਲਾਂ ਜਿਹੜਾ 2001 ਦੇ ਵਿੱਚ ਦੋ ਦੇ ਵਿੱਚ ਆਪਣਾ ਕੈਪਟਨ ਦੀ ਸਰਕਾਰ ਨੇ ਗੜਬੜ ਕੀਤੀ 75 ਟੋਲੀਆਂ ਸੀ ਪਰ ਹਾਰ ਗਏ ਸੀ ਇੱਕ ਡਬਲ ਮੈਂਚਨ ਹੈ ਸਾਕਾ ਟੈਕਸ ਜੀ ਆਉਣ ਚਾਹੁੰਦੇ ਸਾਰੇ ਪੰਚਾਇਤਾਂ ਤੋਂ ਰੋਲ ਮੈਂ ਕੋਈ ਉਪਬੰਧ ਨਹੀਂ ਮੈਂ ਤਾਂ ਇਸ ਗੱਲ ਉੱਤੇ ਹੈਰਾਨ ਆ ਵੀ ਜਿਹੜੀ ਸਾਡੀ ਅਫਸਰ ਸ਼ਾਹੀ ਉਹ ਕਿੰਨੀ ਥੱਲੇ ਲੱਗੀ ਹੋਈ ਹੈ ਮੈਂ ਸਾਰੇ ਕਾਨੂੰਨ ਬਾਰ-ਬਾਰ ਪੜਦਾ ਰਹਿਣਾ ਮੈਨੂੰ ਕਿਤੋਂ ਨਹੀਂ ਡੱਬਿਆ ਜਿੱਥੇ ਇਹ ਹੋਵੇ ਕਾਨੂੰਨ ਇਹ ਕਹਿੰਦਾ ਹੋਵੇ ਕਿ ਤੁਸੀਂ 13000 ਸਵਾ 13000 ਪੰਚਾਇਤ ਨੂੰ ਇੱਕੋ ਪੈੰਦੀ ਨੋਕ ਨਾਲ ਭੰਗ ਕਰ ਸਕਦੇ ਪੰਚਾਇਤਾਂ ਨੂੰ ਭੰਗ ਕਰਨ ਦਾ ਜਿਹੜੀ ਉੱਥੇ ਦਫਾ ਹੈ ਉਹ ਇਹ ਹੈ ਜਿਹੜਾ ਉੱਥੇ ਰਵਾਦਾ ਨੇ ਉਪਬੰਧ ਹੈ ਉਹ ਇਹ ਹੈ ਕਿ ਜੇ ਕੋਈ ਪੰਚਾਇਤ ਚ ਕੋਈ ਗੜਬੜ ਹੋਵੇ ਤਾਂ ਪੰਗ ਹੋਣੀ ਹੈ ਹੁ ਸਾਰੀਆਂ ਪੰਚਾਇਤਾਂ ਦੀ ਗੜਬੜ ਨਹੀਂ ਤਾਂ ਤੁਸੀਂ ਕਰ ਸਕਦੇ ਇਹ ਹੁਣੇ ਛੋਟੇ ਪੰਗ ਕਰੀਆਂ ਪਹਿਲਾਂ ਕੈਪੀਟਨ ਵੇਲੇ ਪੰਗ ਕਰਤੀਆਂ ਹਾਈ ਕੋਰਟ ਨੇ ਉਹ ਰੱਦ ਕਰਿਆ ਇਹਨਾਂ ਨੇ ਆ ਕੇ ਕਰਤੀਆ ਇਹ ਚਾਹੇ ਪਤਾ ਲੱਗਦਾ ਹੈ ਵੀ ਸਾਡੀ ਆਪਸੀ ਸ਼ਾਹੀ ਜਿਹੜੀ ਸਿਆਸਤ ਹੈ ਉਹਦੇ ਸਸਤੇ ਜਿਹੜੇ ਹੈਗੇ ਨੇ ਜਿਹੜੇ ਗੈਰ ਕਾਨੂੰਨੀ ਉਹਦੇ ਇੱਛਾਵਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਪੰਗਾ ਭਰ ਰਹੀ ਰਹਿੰਦੀ ਹੈ ਉਹਨਾਂ ਦੀ ਰੀਡ ਦੀ ਹੱਡੀ ਚ ਇੰਨੀ ਵੀ ਜਾਣ ਨਹੀਂ ਕੋ ਮਿਸਰ ਦੇ ਉੱਤੇ ਲਿਖਦੇ ਨੇ ਵੀ ਨਹੀਂ ਇਹ ਆਜ਼ਾਦਤ ਨਹੀਂ ਆ ਬਾਕੀ ਤੁਸੀਂ ਕਰਨਾ ਕਰ ਲਓ ਕੰਮ ਨੂੰ ਫਰਨ ਨੂੰ ਹੀ ਪਤਾ ਲੱਗੂਗਾ ਫਿਰ ਪੰਜ ਚਲੋ ਹਾਈ ਕੋਰਟ ਆਈ ਰਾਖੇ ਹੁਣ ਜਿਹੜੀ ਜਿਹਨੂੰ ਜਿੰਨਾ ਤਜਰਬਾ ਹੁੰਦਾ ਉਹਨਾਂ ਕੀ ਉਹ ਕੰਮ ਕਰਦਾ ਏ ਉਹਨਾਂ ਇੱਕ ਨਸ਼ਤਰ ਆਉਂਦਾ ਜਿੰਨਾ ਕੋ ਨੂੰ ਪਤਾ ਖੂਨ ਹੈ ਜਿੰਨੂੰ ਇਹੀ ਨਹੀਂ ਪਤਾ ਵੀ ਖੂਨ ਕਿੰਨਾ ਹੋਤਾ ਜਿਹੜਾ ਪਾਈਪ ਕੱਢ ਕੇ ਬੰਦੇ ਨੂੰ ਮਾਰ ਦੇਗਾ ਇਹ ਜਿਹੜੇ ਆਮ ਆਦਮੀ ਪਾਰਟੀ ਆ ਇਹਨਾਂ ਦੇ ਤਰ੍ਹਾਂ ਕਦੇ ਬੰਦੇ ਪੰਜ ਸਰਪੰਚ ਨਹੀਂ ਰਹੇ ਜਿਹੜੇ ਆ ਮੇਰੇ ਬਣ ਗਏ ਇਹਨਾਂ ਵਿਚਾਰਿਆਂ ਨੂੰ ਆਈ ਨਹੀਂ ਪਤਾ ਕਿ ਲੋਕਾਂ ਨਾਲ ਗੱਲ ਕਿਵੇਂ ਕਰਨੀ ਹੰਕਾਰ ਵੜਾ ਆ ਗਿਆ ਵੀ ਅਸੀਂ ਤਾਂ ਜ ਮਹਿਮਾਨ ਬਣ ਕੇ ਇਹਨਾਂ ਕਿਸੇ ਨਹੀਂ ਵੀ ਅੰਮ੍ਰਿਤ ਨੂੰ ਕੋਣ ਪੁੱਛਦਾ ਐਮਐਡ ਬਈ ਕਿਸੇ ਦੇ ਘਰ ਚ ਜਾ ਕੇ ਠੱਕੇ ਨਾ ਨਹੀਂ ਬੜ ਸਕਦਾ ਐਮਐਡ ਬਈ ਕਿਸੇ ਪਿੰਡ ਜਾ ਕੇ ਠੱਕੇ ਨਾ ਨਹੀਂ ਗੱਲ ਕਰ ਸਕਦਾ ਜਿੰਨਾ ਚਿਰ ਉਹਦੇ ਪਿੰਡ ਦੇ ਲੋਕ ਨਾਲ ਉਹਨੂੰ ਅਸੈਪਟ ਕਰਨਾ ਐਮਐਡ ਜਿਹੜਾ ਕਿਸੇ ਸਕੂਲ ਚ ਕਿਸੇ ਦਫ਼ਤਰ ਚ ਕਿਸੇ ਹਸਪਤਾਲ ਚ ਜਾ ਕੇ ਕੋਈ ਠੱਕਾ ਨਹੀਂ ਕਰ ਸਕਦਾ ਬਸ ਉਹਦੀ ਇੱਕ ਬੇਨਤੀ ਕਰ ਸਕਦਾ ਸ਼ਿਕਾਇਤ ਦਰਜ ਕਰਾ ਸਕਦਾ ਵੀ ਆਪ ਨਾਲ ਨੇ ਇਹਦਾ ਹਾਲ ਕਰੋ ਜੇ ਉਹਨੂੰ ਕੋਈ ਇਤਰਾਜ਼ ਹੋਵੇ ਉਹ ਵਿਧਾਨ ਸਭਾ ਦੀ ਕਮੇਟੀ ਬਣੀ ਹੋਈ ਹੈ ਤੇ ਉਹਨੂੰ ਕਹਿੰਦੇ ਨੇ ਬਰਿਆਦਾ ਕਮੇਟੀ ਉਹਦੇ ਕੋਲੋਂ ਆਪ ਦਾ ਜਾ ਸਕਦਾ ਹੈ ਕਿ ਮੇਰੇ ਹੱਕ ਸੀਗੇ ਇਹ ਅਧਿਕਾਰੀ ਨੇ ਜਾਂ ਕਰਮਚਾਰੀ ਨੇ ਉਹ ਹੱਕਾਂ ਨੇ ਉੱਤੇ ਹਨਨ ਕੀਤਾ ਐਵੇਂ ਕੋਈ ਚਿੱਠੀ ਹੱਕਾਂ ਚਿੱਠੀ ਲਿਖ ਸਕਦਾ ਸਕੂਲ ਨੂੰ ਹਸਪਤਾਲ ਨੂੰ ਐਗਰੀਕਲਚਰ ਵਾਲਿਆਂ ਨੂੰ ਵੀਡੀਓ ਨੂੰ ਜਾਂ ਆਪਣਾ ਤਹਿਸੀਲਦਾਰ ਨੂੰ ਡੀਸੀ ਨੂੰ ਕਿਸੇ ਨੂੰ ਵੀ ਚਿੱਠੀ ਲਿਖ ਸਕਦਾ ਹੈ ਇਹ ਆਸਮੱਸਿਆ ਨਹੀਂ ਦੇਖੋ ਉਹਦੇ ਕੋ ਹੱਕ ਹੈ ਕਿਸੇ ਵੀ ਵਿਭਾਗ ਵਿੱਚ ਦਿਸਦਾ ਹੈ ਪਰ ਉਹਨੂੰ ਇਹ ਕੋਈ ਹੱਕ ਨਹੀਂ ਕਿ ਜਾ ਕੇ ਕਹੇ ਵੀ ਮੈਨੂੰ ਰਜਿਸਟਰ ਦਿਖਾਓ ਮੇਰੇ ਕਹੇ ਤੋਂ ਕਰੋ ਜੋ ਮੈਂ ਕਹਿੰਦਾ ਉਹਨੂੰ ਬਿਲਕੁਲ ਹੱਕ ਨਹੀਂ ਰਜਿਸਟਰ ਦੇਖਣ ਦਾ ਇਹ ਜਾ ਕੇ ਰਜਿਸਟਰ ਦੇਖਣ ਲੱਗ ਜਾਂਦੇ ਹਾਜ਼ਰੀ ਦਿਖਾਓ ਜੀ ਪੁਰਾਣਾ ਦਿਖਾਓ ਜੀ ਸਟਾਕ ਦਿਖਾਓ ਕਿਉਂਕਿ ਉਹਨਾਂ ਨੂੰ ਪਰਸੇ ਕੁਝ ਨਹੀਂ ਇਹ ਤਾਂ ਸੰਦੇ ਐਮਐਲਏ ਸਭ ਕੁਝ ਹੈ ਫਿਰ ਉਹਦੇ ਵਿੱਚ ਇਹ ਜੇ ਫਸਦੇ ਨੇ ਦੂਜੀ ਗੱਲ ਆਪਾਂ ਨੂੰ ਪਤਾ ਹੀ ਹੈ ਫਿਰ ਉਹ ਮੈਂ ਹੁਣ ਪਿੱਛੇ ਕਹਿਣਾ ਚਾਹੁੰਦਾ ਜਾਤ ਪਾਤ ਦੀ ਗੱਲ ਦਰਦੀ ਹੈ ਵੀ ਇਹ ਫਟੋਰਾ ਰੱਬ ਬਣਾਈ ਕਰਦੀ ਹੈ ਪਾਣੀ ਪੀਤੀ ਆਫ ਰਹੇ ਨੇ ਇਹ ਪਾਣੀ ਤੀਤੀ ਆਫਰ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਹੈ ਕੀ ਕਰਨਾ ਹੈ ਗਰਾਸ ਸਬੂਤ ਜਿਹੜੀ ਥੱਲੇ ਤੱਕ ਦੀ ਤੋੜ ਕੇ ਛਾਡਿਆ ਡੈਮੋਕ੍ਰੇਸੀ ਸੀ ਇਹਨਾਂ ਨੇ ਖਰਾਬ ਕਰੀ ਹੈ ਕਾ ਕਰਿਆ ਬਾਗ ਜਿੱਤ ਟੱਕੇ ਨਾਲ ਰਿਜੈਕਟ ਕਰਾਏ ਨੇ ਕਿ ਅਸੀਂ ਪਿੰਡਾਂ 'ਚ ਗਿਆਂ ਪਿੰਡਾਂ 'ਚ ਤਕਰੀਬਨ ਅਸੀਂ 4-500 ਪਿੰਡ ਦੇ ਲੋਕ ਆਏ ਸਾਡੇ ਕੋਲ ਗਏ ਤਾਂ ਸੀ 88-85 ਪਿੰਡਾਂ 'ਚ ਨੂੰ 68-10 ਪਿੰਡਾਂ ਦੇ ਕਿਤੇ ਕਿਤੇ ਪੰਜ ਕਿਤੇ 7 ਪਿੰਡਾਂ ਦੇ ਲੋਕ ਆਉਂਦੇ ਸੀ ਅਗਰ 10 ਦੇ ਸੀ ਅਸੀਂ ਦੂਜੇ ਪਿੰਡਾਂ 'ਚ ਆਏ ਉਹਦੇ ਵਿੱਚ ਸਾਨੂੰ ਲੱਗਦਾ ਕਿ 4-500 ਪਿੰਡ ਅਸੀਂ ਕਵਰ ਕਰਿਆ ਜਨਕਿ ਜੇ ਅਸੀਂ ਗਿਣੀਏ ਤਾਂ ਕਹੇ ਰੋ तकरीबन तीन क प्रसेंट पंजाब असाब तीन प्रसेंट कोई छोटी गिनती नहीं है जब तुम ऐ जाकर करके गल करते हो कि व्डे भी हो छोटे भी हो जो लोग चाहना है भी हाँ जी साइचारा रहे असल च लोग अंदरों कभी भी नहीं भाईचारा तोड़ के राजी होंगे क्योंकि रोज रहना उत्थे है कि रहना है जब उत्थे कट्ठे रहना है तो रोज ही तरीके किमें रहने रोज ही मन की शांति किमें भंग कर रखेंगे रोज ही एक दूजे तो मूं मोड़ के किए लंघन ਸੋ ਉਹ ਇੱਕ ਦੂਜੇ ਤੇ ਨਿਰਭਰ ਨੇ ਉਹ ਸਮਾਜਿਕ ਤੌਰ ਤੇ ਵੀ ਨਿਰਭਰ ਨੇ ਹੈ ਮਾਨਸਿਕ ਤੌਰ ਤੇ ਵੀ ਨਿਰਭਰ ਨੇ ਹੈ ਆਰਥਿਕ ਤੌਰ ਤੇ ਵੀ ਨਿਰਭਰ ਨੇ ਸੋ ਇਹ ਇਸ ਕਰਕੇ ਉਹ ਆਪ ਦਾ ਭਾਈਚਾਰਾ ਰੱਖਣਾ ਚਾਹੁੰਦੇ ਨੇ ਪਰ ਇਹ ਕਿਉਂਕਿ ਇਹ ਹੈਗੇ ਨੇ ਲਾਲਚੀ ਜਦ ਬੰਦੇ ਨੂੰ ਲਾਲਚ ਹੁੰਦਾ ਉਹ ਫਿਰ ਜੋ ਮਰਜ਼ੀ ਕਰਨ ਨੂੰ ਤਿਆਰ ਹੈ ਇਹ ਲਾਲਚੀ ਨੇ ਕਹਿੰਦਾ ਆਪਾਂ ਧੱਕੇ ਨਾਲ ਬਣਾਈਏ ਜੇ ਸਰਪੰਚ ਇਹਨਾਂ ਨੂੰ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਜੇ ਪਤਾ ਹੋਵੇ ਫਿਰ ਤਾਂ ਕੋਈ ਗੱਲ ਹੀ ਨਹੀਂ ਜਿਹੜਾ ਮਰਜੀ ਪਾਰਟੀ ਦਾ ਸਰਪੰਚ ਹੋਵੇ ਸੱਚੇ ਮੁੱਚੇ ਕਿਸੇ ਪਾਕੀ ਦੇ ਨਾਲ ਹੋਵੇ ਜਦੋਂ ਸਰਪੰਚੀ ਕਰਦਾ ਉਹ ਸਰਕਾਰ ਦੀ ਉਹ ਮੰਨਦਾ ਉਹ ਚਾਹਦੀ ਸਰਕਾਰ ਦੀ ਹੋਈ ਹੈ ਤੇ ਜਦ ਉਸ ਨੂੰ ਵੀਡੀਓ ਕਹਿੰਦਾ ਵੀ ਫਲਾਣੀ ਥਾਂ ਜਾ ਸਰਪੰਚ ਜੀ ਬੰਦੇ ਭੇਜਨੇ ਨੇ ਉਹ ਕਹਿੰਦਾ ਕੋਈ ਨਹੀਂ ਭੇਜਾਂਗੇ ਜਿਹੜੇ ਮਰਜ਼ੀ ਹੋਵੇ ਸੋ ਇਹਨਾਂ ਨੂੰ ਇਹਨਾਂ ਵੀ ਨਹੀਂ ਪਤਾ ਵੀ ਜਦ ਸਰਪੰਚ ਆ ਜਿਹੜਾ ਇੱਕ ਢਾਂਚੇ 'ਚ ਫਿੱਟਾ ਕੋ ਉਹ ਢਾਂਚੇ 'ਚ ਇੱਕ ਪਾਸੇ ਨੰਬਰਦਾਰ ਨੇ ਪਟਵਾਰੀ ਨੇ ਤਸਦੀਕਦਾਰ ਨੇ ਕਾਨੂੰਗੋ ਨੇ ਮੈਂ ਤਸਦੀਕਦਾਰ ਆਂ ਦੂਜੇ ਪਾਸੇ ਵੀਡੀਓ ਸੈਕਟਰੀ ਵੀਡੀਓ ਐਸ.ਪੀ.ਓ. ಗ್ರಾಮ ਸੇਵਕ ਇਹ ਨਹੀਂ ਇਹ ਦੋਨੇ ਢਾਂਚਿਆਂ ਦੇ ਵਿੱਚੋਂ ਫਿੱਟਨੇ ਇਹ ਦੋਨੇ ਢਾਂਚਿਆਂ ਤੋਂ ਬਾਹਰ ਨਹੀਂ ਜਾ ਸਕਦੇ ਇਸ ਕਰਕੇ ਕੋਈ ਪਾਰਟੀ ਦਾ ਬਿੰਦਾਂ ਲਾਉਣ ਦੀ ਲੋੜ ਨਹੀਂ ਹੁੰਦੀ ਜਿਹੜੀ ਪਾਰਟੀ ਰਾਜ ਕਰਦੀ ਆ ਉਹਦੀ ਸਰਕਾਰ ਜੋ ਚਾਹੁੰਦੀ ਆ ਉਹ ਪਾਰਟੀ ਉਹ ਬਹੁਤਾ ਹੋ ਜਾਂਦਾ ਬਾਕੀ ਇੱਕ ਅੱਧਾ ਅੜੀ ਅੜਵੀ ਹੁੰਦਾ ਉਹ ਅੜੀ ਨੂੰ ਡੰਡਾ ਨਹੀਂ ਫੇਰੀਦਾ ਹੁੰਦਾ ਉਹਨੂੰ ਬਲਕਿ ਕੁਝ ਵੀ ਨਹੀਂ ਕਹੀਦਾ ਕਿ ਉਹਨੂੰ ਛੇੜੋਗੇ ਤਾਂ ਸਮਾਂ ਹੋਰ ਵੱਡੀ ਸਮੱਸਿਆ ਹੁੰਦੀ ਆ ਮੁੰਡਾ ਵੜੀ ਇਹ ਇਸ ਕਰਕੇ ਨਹੀਂ ਹੁੰਦਾ ਵੀ ਉਹ ਉਵੇਂ ਅ ਉਹ ਨੂੰ ਸਮਝ ਨਹੀਂ ਹੁੰਦੀ ਕਈ ਵਾਰ ਉਹ ਕਹਿੰਦਾ ਨਹੀਂ ਯਾਰ ਇਹ ਐ ਕਰ ਨਹੀਂ ਸਕਦੇ ਮੈਂ ਨਹੀਂ ਕਰਨ ਦੇਣਾ ਕੋਲ ਕੋ ਚੜਪਾਈ ਤੂੰ ਨਾ ਕਰਨ ਦੇ ਇਹ ਡੰਡਾ ਫੇਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਜਦ ਬੰਦੇ ਨੂੰ ਸਿਆਣਪ ਨਾ ਹੋਵੇ ਉਦੋਂ ਫਿਰ ਗੰਡਾ ਇਹਨਾਂ ਦੇ ਹੱਥ ਆ ਗਿਆ ਉਸ ਵਾਰ ਇਹ ਮੈਨੂੰ ਲੱਗਦਾ ਆਪਣੀ ਵਾਅਦਾ ਕਰਨ ਦੀ ਥਾਂ ਹੀ ਚ ਨੇ ਇਹਨਾਂ ਨੇ ਪੰਚਾਇਤਾਂ ਨੂੰ ਖਿਲਾਫ ਕਰਿਆ ਪਹਿਲਾਂ ਚੋਣ ਪੰਚਾਇਤਾਂ ਰੱਦ ਕਰਕੇ ਫਿਰ ਉਹਨੂੰ ਕੇਸ ਵਿੱਚ ਡਰਾ ਕਰਕੇ ਪੰਚਾਇਤਾਂ ਵਿੱਚ ਉਹਨਾਂ ਨਾਲ ਕਰਾ ਕੇ ਫਿਰ ਕਾਲੀ ਚ ਕਰਾ ਕੇ ਫਿਰ ਪੇਪਰ ਜੈਕਟ ਕਰਾ ਕੇ ਚੱਕੇ ਨਾਲ ਉਹ ਸਰਕਾਰ ਜੀ ਦੇ ਵਾਸਤੇ ਜੀ ਦੇ ਵਿਰੁੱਧ 1375 ਪੰਚਾਇਤਾਂ ਚ 1000 ਪਟੀਸ਼ਨ ਹੋ ਗਿਆ ਹੋਵੇ ਕੋਰਟ ਚ ਵੀ ਵੈਸੀ ਸ਼ਰਮਣੀ ਚੰਗੀ ਆ ਉਹ ਗੱਲ ਵੱਖਰੀ ਹੈ ਵੀ ਉਹ ਸਾਰੇ ਬਿਜ਼ਨਸ ਹੋਏ ਹੋਣੇ ਵੀ ਸੀ ਕਿਉਂਕਿ ਜਿਨ੍ਹਾਂ ਨੇ ਰਾਜ ਦੀ ਕੋਰਟ ਜੋ ਕੋਰਟ ਦਖਲ ਨਹੀਂ ਕਰਨ ਦੀ ਗੱਲ ਜਿਹੜਾ ਚੋਣ ਉੱਪਰ ਕਰਾਇਆ ਚਲੋ ਜੀ ਪਰ ਜਿਹੜਾ ਚੋਣ ਕਮਿਸ਼ਨ ਸੀ ਸਵੇਹ ਹੀ ਚੋਣ ਕਮਿਸ਼ਨ ਉਹਨੂੰ ਕੋਈ ਚਾਰ ਸੀ ਉਹਨੂੰ ਚਾਹੀਦਾ ਸੀ ਉਹਨੇ ਨਹੀਂ ਕਰਿਆ ਉਹ ਵੀ ਇਹਨਾਂ ਦੇ ਨਾਲ ਦਮ ਛੱਡੇ ਰਲ ਕੀ ਬੰਗਿਆ ਉਹਨੇ ਵੀ ਉਹ ਵੀ ਕੁਝ ਕਰਿਆ ਜੋ ਕੁਝ ਸਰਕਾਰ ਚਾਹੁੰਦੀ ਸੀ ਨਹੀਂ ਤਾਂ ਇਹ ਹੁਕਮ ਕਰਾਇਆ ਜਾ ਸਕਦਾ ਸੀ ਵੀ ਜਿੱਥੇ-ਜਿੱਥੇ ਤੁਸੀਂ ਇੱਕ ਪਾਸੇ ਤਾਂ ਉਹ ਨੂੰ ਜਦ ਮੰਨਦੇ ਨੇ ਉਹ ਕਹਿੰਦਾ ਜੀ ਮੈਂ ਤਾਂ ਕੁਝ ਕਰ ਨਹੀਂ ਸਕਦਾ ਜਦ ਕੋਈ ਕਹਿੰਦਾ ਜੀ ਸਾਡੇ ਕਾਗਜ਼ ਰਿਜੈਕਟ ਕਰਤੇ ਹੋਰ ਕਰਤੇ ਕਹਿੰਦਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਕੋਈ ਚੱਕਾਈ ਸਕਦਾ ਵੀ ਇਨਕੁਆਰੀ ਕਰੋ ਪਰ ਕਹਿੰਦਾ ਕਿ ਉਹਨੇ ਕਰਨੀ ਨਹੀਂ ਉਹਨੂੰ ਪਤਾ ਕਾਗਜ਼ ਤਾਂ ਠੇਨਾ ਰਿਜੈਕਟ ਕਰਾਏ ਨੇ ਦੂਜੇ ਪਾਸੇ ਉਹ ਜਿੱਥੇ ਉਹਦਾ ਆਰਓ ਡੀਸੀ ਜਾਂ ਵੀਡੀਓ ਜਾਂ ਕੋਈ ਵੀ ਉਹ ਕਹਿੰਦਾ ਜੀ ਆ ਦੋ ਪੰਚਾਇਤਾਂ ਦੀ ਚੋਂ ਦਰਦ ਕਰਤੀ ਮੈਂ ਕਿਉਂਕਿ ਛੇ ਝਗੜਾ ਇਹ ਮੈਂ ਤਾਂ ਕਹਿਣਾ ਵੀ ਇਥੋਂ ਪਤਾ ਲੱਗਦਾ ਸਾਦਾ ਹਾਸੋ ਹੀ ਨਾ ਕਿੰਨਾ ਹੈ ਇੱਕ ਛੋਟੀ ਜਿਹੀ ਧਾਰਨ ਦਿੰਨਾ ਇਸ ਤੇ ਸਾਡੇ ਦਰਸ਼ਕਾਂ ਦੇ ਸਮਝਣ ਵਾਸਤੇ ਇੱਕ ਵਾਰੀ ਇੱਥੇ ਇੱਕ ਮਨੀਮ ਹੁੰਦੇ ਨੇ ਸਰਕਾਰ ਦੇ ਵੱਡੇ ਉਹਨੂੰ ਅਕਾਊਂਟੈਂਟ ਜਨਰਲ ਕਹਿੰਦੇ ਨੇ ਉਹ ਵੱਡਾ ਮਨੀਮ ਹੁੰਦਾ ਉਹ ਸਾਡੇ ਡਾਕਟਰਾਂ ਨਾਲ ਕੋਈ ਝਗੜਾ ਸੀ ਮੈਂ ਐਸੋਸੀਏਸ਼ਨ ਦਾ ਜਨਰਲ ਸੀ ਸੀ ਨਹੀਂ ਸੀ ਅਸੀਂ ਨਹੀਂ ਦੇ ਵੀ ਤੁਸੀਂ ਆ ਗੱਲ ਤੱਕ ਦਿੱਖਦਾ ਤੁਹਾਨੂੰ ਹਸਾਰ ਆਉਂਦਾ ਨਹੀਂ ਕਾਨੂੰਨ ਨਹੀਂ ਪਤਾ ਫਿਰ ਨਾ ਨਹੀਂ ਅਸੀਂ ਕਿਤਾਬ ਲਿਖਾਤੀ ਕਹਿੰਦਾ ਚਲੋ ਗੱਲ ਤਾਂ ਤੁਹਾਡੀ ਠੀਕ ਹੈ ਕੋਈ ਕਰਨੀ ਅਸੀਂ ਬਚਾ ਲੰਗੇ ਮੈਂ ਵਿਚਾਰ ਦਾਂਗੇ ਨਹੀਂ ਥੋੜਾ ਰੋਕ ਕੇ ਆਏ ਹਾਂ ਉਹ ਤੇ ਲੀ ਕੋ ਵੀ ਨਹੀਂ ਨਹੀਂ ਅਸੀਂ ਕਹਿੰਦਾ ਇਹ ਤਾਂ ਕਰ ਨਹੀਂ ਸਕਦੇ ਉਹ ਬੈਠਾ ਕਹੀ ਜਾਵੇ ਮੈਂ ਕਿਹਾ ਤੁਸੀਂ ਖਜ਼ਾਨਾ ਅਫਸਰ ਨੂੰ ਚਿੱਠੀ ਕਰ ਦੋ ਕਹੇ ਨਹੀਂ ਕਾਢ ਨਹੀਂ ਸਕਦੇ ਮੈਂ ਕਿਹਾ ਤੁਸੀਂ ਕਿਉਂ ਨਹੀਂ ਕਰਦੇ ਕਹਿੰਦਾ ਸਾਡੇ ਅੰਦਰ ਨਹੀਂ ਮੈਂ ਇਹ ਹੀ ਲਿਖ ਦੋ ਵੀ ਸਾਡੇ ਅੰਦਰ ਨਹੀਂ ਆਇਆ ਉਹ ਨਹੀਂ ਨਹੀਂ ਆਇਆ ਤਾਂ ਸਾਡੇ ਅੰਦਰ ਮੈਂ ਐਂ ਲਿਖ ਦੋ ਵੀ ਇਸ ਕੰਦੇ ਸਾਡੇ ਅੰਦਰ ਨਹੀਂ ਫਿਰ ਦੇਖੇ ਉਹ ਮਤਲਬ ਕੇ ਈਲਾੜਾ ਖਜ਼ਾਨਾ ਅਫਸਰ ਦਾ ਕੁਝ ਕਰ ਸਕਦਾ ਜਿਹੜਾ ਉੱਤੇ ਬੱਠਾ ਉਹਦੇ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਇਹਦਾ ਮਤਲਬ ਇਹ ਮਨ ਕਰਮੀ ਹੁਜਦੀ ਤੇ ਹੁੰਦਾ ਇੱਥੇ ਵੀ ਅਜੀ ਹੋਇਆ ਸੁਬਾਈ ਚੋਣ ਕਮਿਸ਼ਨ ਜਿਹਦੇ ਤਹਿਤ ਸਾਰੀ ਚੋਣ ਹੋਈ ਹੈ ਜਿਹੜਾ ਸਾਰੀ ਚੋਣ ਦਾ ਇੰਚਾਰਜ ਹੈ ਸਾਰਾ ਪ੍ਰਸ਼ਾਸਨ ਉਹਦੇ ਤਹਿਤ ਹੈ ਤਾਂ ਮੈਂ ਮੈਂ ਤਾਂ ਜਿੱਥੇ ੱੱਕਾ ਹੋ ਗਿਆ ਕਾਗਜ਼ਾਂ ਦਾ ਮੈਂ ਤਾਂ ਰਿਵਿਊ ਵਾਸਤੇ ਕਹਿ ਨਹੀਂ ਸਕਦਾ ਪਰ ਇੱਕ ਵੀਡੀਓ ਇੱਕ ਡੀਸੀ ਦੇਕਾਰ ਉਹ ਚੋਣ ਪੋਸਟ ਬਣ ਕਰ ਸਕਦਾ ਆਦਾ ਇਹ ਜਿਹੜਾ ਤੌਰ ਤਰੀਕਾ ਇਹ ਹੈਗਾ ਵੀ ਅਸੀਂ ਤਾਂ ਬੇਇਨਸਾਫੀ ਕਰੀ ਜਿੱਥੇ ਆ ਉਹਨੂੰ ਰੂਲਿੰਗ ਪਾਰਟੀ ਨੇ ਕਹਤਾ ਵੀ ਆ ਕਰਨਾ ਹੈ ਉਹਨੇ ਉਹ ਕਰ ਦੇਣਾ ਇੱਥੇ ਤੱਕ ਦੀਆਂ ਗੱਲਾਂ ਹੋਈਆਂ ਨੇ ਵੀ ਇੱਕ ਬੰਦਾ ਮੈਨੂੰ ਕਿਸੇ ਨੇ ਕਿਹਾ ਕਿ ਜੀ ਉਹਦੇ ਤੇ ਪ੍ਰੋਜੈਕਟ ਕਰਦੇ ਉਹ ਹੈਗਾ ਕਾਂਗਰਸੀ ਸੀ ਉਹ ਰਾਤ ਨੂੰ ਆਪ ਜੁਆਇਨ ਕਰ ਗਿਆ ਦੂਜੇ ਦਿਨ ਉਹਦੇ ਤੇ ਪ੍ਰੋਮਡ ਲੇ ਮੈਂ ਆਪੜਿਆ ਨਹੀਂ ਜਾਂਦਾ ਸੀ ਹੁਣ ਠੀਕ ਹੈ ਇਹ ਉਹ ਜਿਹੜੇ ਇਹੋ ਜਿਹੇ ਗਿੱਦਲ ਪਾਰਟੀਆਂ ਨਾਲ ਜੇ ਤੁਸੀਂ ਸਰਪੰਚ ਪੰਚ ਬਣਾਓਗੇ ਨਾ ਉਹਨਾਂ ਤੋਂ ਤੁਸੀਂ ਕੀ ਉਮੀਦ ਕਰੋਗੇ ਉਹਨਾਂ ਤੋਂ ਇਨਸਾਫ ਦੀ ਭਾਵਨਾ ਕਿੱਥੋਂ ਰੱਖੋਗੇ ਤੁਸੀਂ ਤਾਂ ਬੇਈਮਾਨੀ ਪੈਦਾ ਕਰਤੀ ਲੋਕ ਕਹਿੰਦੇ ਨੇ ਵੀ ਸਿਆਸੀ ਲੀਡਰ ਮਾਲੇ ਨੇ ਸਿਆਸੀ ਤਾਂ ਮਾਲੇ ਹੈਗੇ ਹੈਗੇ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਦੇ ਕਹੇ ਤੋਂ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਖੀਤੀ-ਖੀਤੀ ਕੱਢ ਵੀ ਨਹੀਂ ਸਕਦੇ ਲੀਡਰ ਦੀ ਤਾਂ ਗਿੱਠ ਜਣਾ ਉੱਤੀ ਹੁੰਦੀ ਆ ਨੇ ਉਹਨੇ ਤਾਂ ਪਤਾ ਨਹੀਂ ਕੱਲ ਨੂੰ ਐਮਐਡੀ ਰਹਿਣਾ ਵੀ ਆ ਕਿ ਨਹੀਂ ਉਹਨੇ ਕਿਸੇ ਨੂੰ ਪੁੱਛਣਾ ਵੀ ਆ ਕਿ ਨਹੀਂ ਪਰ ਅਫਸਰ ਨੇ ਤਾਂ 2025-30 ਹਾਲ ਨੌਕਰੀ ਕਰਦੀ ਹੁੰਦੀ ਆ ਉਹ ਜਿਹੜੇ ਅਫਸਰ ਇਹੋ ਜੇ ਕੰਮ ਕਰਦੇ ਨੇ ਉਹਨਾਂ ਐਮਐਡੀ ਦੇ ਕਹੇ ਤੋਂ ਉਹਨਾਂ ਦੇ ਟਾਟੂ ਬਣ ਕੇ ਕਿ ਉਹ ਅਫਸਰਾਂ ਦੇ ਤੇ ਕਿਉਂ ਨਾ ਗਾਧ ਗਰੇ ਉਹਨਾਂ ਅਫਸਰਾਂ ਨੂੰ ਕਿਉਂ ਨਹੀਂ ਉਹ ਲੋਕਾਂ ਨੂੰ ਕੀ ਦੱਸ ਰਹੇ ਨੇ ਉਹ ਕਰਦੇ ਕਿਉਂ ਨੇ ਉਹ ਕਰਦੇ ਇਸ ਕਰਕੇ ਨਹੀਂ ਪੰਚਾਇਤਾਂ ਜੋ ਠੰਗੀ ਮਾਰਦੇ ਨੇ ਜਿੰਨਾ ਵਿੱਤ ਕਮਿਸ਼ਨ ਤੋਂ ਪੈਸਾ ਆਉਣਾ ਹੈ ਉਹ ਵੀਡੀਓ ਸੈਟਰੀਸ ਕਰਾ ਕੇ ਖਾਂਦੇ ਨੇ ਕੁਝ ਵਾ ਦਿੰਦੇ ਨੇ ਕੁਝ ਖਾਂਦੇ ਨੇ ਗ੍ਰਾਮ ਸਭਾ ਹੀ ਬੁਲਾਉਂਦੇ ਨਹੀਂ ਫੈਸਲੇ ਗ੍ਰਾਮ ਸਭਾ ਚ ਕਰਦੇ ਨਹੀਂ ਸਿਰਫ ਆਰਚ ਨਾਲ ਵੰਕਿ ਨਾਲ ਕਨੀ ਨਹੀਂ ਤਾਂ ਵੀ ਸਵਾਰਸ਼ ਨਾਲ ਹੱਤਾ ਦਾ ਕਾਟ ਬਣਨੇ ਨੇ ਤਾਂ ਵੀ ਸਵਾਰਸ਼ ਨਾਲ ਜੇ ਤੁਸੀਂ ਕਿਸੇ ਨੂੰ ਸ਼ਗਨ ਸਕੀਮ ਹੈ ਤਾਂ ਵੀ ਸਵਾਰਸ਼ਾ ਨਾਲ ਜੇ ਕੋ ਖੁਦਕਸ਼ੀ ਕਰਕੇ ਉਹਦੇ ਜੇ ਕੋ ਦਾ ਮੈਨੂੰ ਉਹ ਵੀ ਸਵਾਰਸ਼ਾ ਨਾਲ ਹਾਂ ਜਿਹੜਾ ਪਲਾਟ ਮੈਂ ਨਾ ਉਹ ਵੀ ਸਵਾਰਸ਼ਾ ਨਾਲ ਮੁੰਡੇਗਾ ਕਾਲ ਬੰਨਾ ਉਹ ਵੀ ਸਵਾਰਸ਼ਾ ਨਾਲ ਪਿੰਡੀ ਕੋਈ ਗਲੀ ਨਾਲ ਹੀ ਬੰਨੀ ਉਹ ਵੀ ਸਵਾਰਸ਼ਾ ਨਾਲ ਜਦ ਤੁਸੀਂ ਕੰਮ ਹੀ ਸਵਾਰਸ਼ਾ ਨਾਲ ਕਰਨੇ ਨੇ ਤੁਸੀਂ ਕਾਨੂੰਨ ਮੁਤਾਬਕ ਕੰਮ ਕਰਨਾ ਹੀ ਨਹੀਂ ਇਹ ਤੁਸੀਂ ਭਾਈ ਅਧਿਕਾਰ ਹੀ ਕਦਿਓ ਤੁਸੀਂ ਕਰਕੇ ਰਹੋ ਤੁਹਾਨੂੰ ਤਨਖਾਹ ਕਿਉਂ ਮਿਲੇ ਇਸ ਕਰਕੇ ਸਾਡਾ ਢਾਂਚਾ ਜਿਹੜਾ ਹੈ ਉਹ ਭ੍ਰਿਸ਼ਟ ਹੋ ਗਿਆ ਦੇ ਨਾਲ ਨਾਲੀ ਉਹ ਲੋਕਾਂ ਨੂੰ ਜਵਾਬ ਦੇ ਹੀ ਤੋਂ ਪਚ ਗਿਆ ਕੰਨੀ ਕਤਰ ਆ ਗਿਆ ਜਵਾਬ ਦੇ ਨਹੀਂ ਹੁੰਦਾ ਕੰਨਰ ਥੈਂਕ ਯੂ ਲੈਣਾ ਐ ਥਾਂ ਥਾਂ ਤੇ ਦੇਖਦਾ ਨਿੱਕੇ ਜਿਹੇ ਬੰਦਾ ਆ ਕੇ ਕਹਿੰਦਾ ਵੇਖ ਲੈ ਤੂੰ ਪੁੱਛਿਆ ਇਹ ਭਾਈ ਬੰਦਿਆਂ ਦੀ ਤਰ੍ਹਾਂ ਗੱਲ ਤਾਂ ਕਰਨਾ ਸਿੱਖ ਲੈ ਤੈਨੂੰ ਇੰਨੀਆ ਕਰਨੀ ਹੈ ਵੀ ਗੱਲ ਕਿਵੇਂ ਕਰੀ ਦੀ ਹੁਣ ਗੱਲ ਨਹੀਂ ਕਰਨੀ ਆਉਂਦੀ ਤੂੰ ਜਿੱਥੇ ਮਰਜੀ ਜਾ ਰਹੋ ਜਿਹੜਾ ਜਿੱਥੇ ਖੜਾ ਹੈ ਡਿਊਟੀ ਤੇ ਚਾਹੇ ਉਹ ਜਮਈ ਉਹਨੂੰ ਬੁੱਕੀ ਦਾ ਕੰਮ ਨਹੀਂ ਆਉਂਦਾ ਕਾਲਾ ਪੈਂਦਾ ਲੋਕਾਂ ਦੇ ਬਿਨਾ ਮਤੰ ਦੇ ਗੱਲ ਪੈਂਦਾ ਜਦ ਜਿਹੜੇ ਜਦ ਅਸੀਂ ਸਮਾਜ ਇਹ ਬਣਾਤਾ ਇਹ ਹੀ ਪੰਚਾਇਤਾਂ ਚ ਕਰਤਾ ਹੁਣ ਪੰਚਾਇਤਾਂ ਤੁਰਠ ਦੇ ਤਕਦੀ ਸੀ ਦੀ ਉਹਦੇ ਚ ਗੱਲ ਪੈਣਾ ਬੰਦ ਕਰਨਾ ਚਾਹੀਦਾ ਸੀ ਲੋਕਾਂ ਦੇ ਇਕੱਠੇ ਤੇ ਇਹਨਾਂ ਚ ਪਰ ਇੱਕ ਇਹਦੇ ਚ ਹਾਂ ਬੱਠੀ ਗੱਲ ਹੈ ਜੀ ਹੁਣੀ ਮੈਨੂੰ ਇੱਕ ਆਵਿਆ ਸੀ ਨੰਗਲ ਦੇ ਏਰੀਆ ਦੇ ਵਿੱਚ ਕੋਈ ਪੰਚਾਇਤ ਬਣੀ ਹੈ ਕਿ ਜੀ ਲੋਕਾਂ ਨੇ ਆਪੇ ਇਕੱਠੇ ਹੋ ਕੇ ਆਪ ਦੀ ਸਭ ਸੰਤਿਨਾ ਚੁਣੀ ਨਾ ਕੋਈ ਪੜਾਕੇ ਨਾ ਕੋਈ ਸ਼ਰਾਬ ਨਾ ਕੋਈ ਜਲੂਸ ਨਾ ਕੁਝ ਹੋਰ ਤੇ ਦੇ ਹੁਣ ਦੇਖਦੇ ਹਾਂ ਵੀ ਸ਼ਾਇਦ ਚੰਗਾ ਵੀ ਹੋਈ ਮੈਨੂੰ ਹੋ ਹੁਣੀ ਵੈ ਬਲਕੇ ਹਕਿਆ ਮੈਂ ਕਹਿਆ ਚਲੋ ਵਧਾਈ ਦਿੱਤੀ ਵਧਾਈਆਂ ਵੀ ਵਧਾਈ ਮੈਂ ਵੀ ਕਹਿੰਦਾ ਤੇ ਬਹੁਤ ਸਾਰੀਆਂ ਪੰਚਾਇਤਾਂ ਇਸ ਤਰ੍ਹਾਂ ਹੋਈਆਂ ਵੀ ਨਹੀਂ ਕਈ ਜਿਹੜੇ ਸਰਸੰਕੇ ਹੋਈਆਂ ਨੇ ਧੱਕੇ ਨਾਲ ਹੋਈਆਂ ਨੇ ਤੇ ਹੀ ਹੋਈਆਂ ਨੇ ਆ ਪਾਰਟੀ ਦੇ ਕਹਨ ਤੇ ਵੀ ਹੋਈਆਂ ਨੇ ਦੂਜਿਆਂ ਦੇ ਕਹਨ ਤੇ ਵੀ ਬਠੇਰੀਆਂ ਹੋਈਆਂ ਨੇ ਕਈਆਂ ਨੇ ਆਪੇ ਵੀ ਕਰੀਆਂ ਨੇ ਪਰ ਇੱਕ ਹਾਂ ਕੀ ਪੱਕਾ ਹੈਗਾ ਬੇ ਹੁਣ ਲੋਕਾਂ ਚ ਪੰਚਾਇਤਾਂ ਬਾਰੇ ਕੀ ਚੇਤਨਾ ਜਰੂਰੀ ਹੈ ਜਿੱਥੇ ਇੱਕ ਪਾਸੇ ਚੇਤਨਾ ਉੱਠੀ ਦੂਜੇ ਪਾਸੇ ਕਿਉਂਕਿ ਚੇਤਨਾ ਹੋਣ ਕਰਕੇ ਡੁੱਟਵਾ ਸਾਰਨੋਗਾ ਵੀ ਇਹ ਰੀਤਾ ਪਾਣ ਪਤਾ ਨਹੀਂ ਸੀ ਤਾਂ ਤਾਂ ਲੁੱਟੀ ਵੜੀ ਹੈ ਹੁਣ ਉਹ ਡੋਟਾ ਦੇ ਪਾਸੇ ਨੂੰ ਤੁਰ ਨਾਲੇ ਆ ਪਾਰਟੀ ਚੇਤਨਾ ਨੂੰ ਭਗਤ ਕੇ ਪਿੰਡਾਂ ਦਾ ਵਿਕਾਸ ਕਰਾਉਣ ਦੀ بجائے ਪੰਚਾਇਤਾਂ ਦੇ ਰਾਹੀਂ ਇੱਕ ਚੰਗਾ ਪ੍ਰਬੰਧ ਦੇਣ ਦੀ بجائے ਚੰਗੇ ਲੀਡਰ ਇੱਕ ਲੱਖ ਬੰਦਾ ਪੰਚਾਇਤੀ ਰਾਜ ਚਾਉਣਾ ਹੈ ਇੱਕ ਲੱਖ ਬੰਦਾ ਜੀਚੋ 50000 ਔਰਤ ਹੋਣੀਆਂ ਜੇ ਉਹ ਲੀਡਰ ਬਣ ਜਾਂਦਾ ਥੱਲੇ ਪੱਧਰ ਦੇ ਉੱਤੇ ਉੱਤੇ ਮੈਂ ਤੇ ਆਪਾਂ ਆਪ ਹੀ ਚੰਗੇ ਬਣਾ ਦੇਣਗੇ ਇਸ ਤੋਂ ਕੋ ਕਾ ਕਮੀ ਨਹੀਂ ਫਿਰ ਇੱਕ ਮੱਖ ਦੇ ਵਿੱਚੋਂ ਤਾਂ ਕੋਈ 111 ਨਿਕਲ ਹੀ ਸਕਦੇ ਨੇ ਪਰ ਇਹ ਪਾਲਣ ਨਹੀਂ ਦਿੰਦੇ ਸੋ ਇਹ ਮੌਕਾ ਗਵਾ ਰਹੇ ਨੇ ਇਹਨਾਂ ਨੂੰ ਇੱਕ ਵਾਰੀ ਮੌਕਾ ਮਸਾ ਹੀ ਮਿਲਿਆ ਆਪ ਪਾਰਟੀ ਜੋ ਮਰਜੀ ਜੋਰ ਲਾ ਲੈ ਮੈਨੂੰ ਨਹੀਂ ਲੱਗਦਾ ਇਹ ਇਨਾਂ ਬੰਦਿਆਂ ਨੂੰ ਇਹ ਪਾਲੇ ਬਦਲ ਲੈਣਗੇ ਹੋਰ ਕਰ ਲੈਣਗੇ ਬੋਕਾਂ ਵਿੱਚ ਬਹੁਤਾ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਇਸ ਪਾਰਟੀ ਨੂੰ ਕਿਉਂਕਿ ਇਸ ਨੇ ਪੰਚਾਇਤਾਂ ਤੱਕ ਲੋਕਾਂ ਨੂੰ ਪਾਰਤਾ ਅਜੇ ਤਾਂ ਹੁਣ ਮਿਊਂਸ ਕਮੇਟੀ ਜਾਂ ਚੋਣਾਂ ਹੋਣੀਆਂ ਨੇ ਉਦੋਂ ਉਦੋਂ ਵੀ ਮਾੜਾ ਹਾਲ ਕਰਨ ਦੀ ਕੋਸ਼ਿਸ਼ ਕਰਨਗੇ ਸਾਨੂੰ ਉਹਦੇ ਵਿੱਚ ਵੀ ਆਪਦੇ ਆਪ ਨੂੰ ਵਿਚਣਾ ਚਾਹਤ ਹੈ ਹੋ ਜੀ ਲੋਕਤਾਂ ਉਹਨਾਂ ਦੀ ਆਪਾਂ ਪਿੰਡਾਂ ਦੀ ਸਿਆਸਤੋਂ ਨਿਕਲ ਕੇ ਉੱਪਰ ਆਈ ਅਗਲੀ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਰਾਂ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਖੇਤਰੀ ਪਾਰਟੀ ਉਹੋ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਬਣੀ ਜੋ ਫੈਡਰਲਿਜ਼ਮ ਸੂਬੇ ਦੇ ਵੱਧ ਅਧਿਕਾਰ ਉਹਨਾਂ ਦੀ ਰਾਖੀ ਕਰਨਾ ਤੇ ਉਹਨਾਂ ਦੀ ਲੜਾਈ ਲੜਨਾ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਤਮਾਮ ਪਰ ਕਿਦੋਂ 10 ਸਾਲ ਦੀ ਸੱਤਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਹਰ ਹੈ ਮੇਨ ਟੈਗ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਜੋ ਪੰਥ ਦੀ ਰੋਮੈਂਡਿੰਗ ਕਰਦੀ ਹੈ ਹਾਲਾਂਕਿ ਪੰਥਕ ਸਿਆਸਤ ਦੇ ਵਿੱਚ ਕੀ ਭੂਮਿਕਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਤੇ ਵੀ ਲੰਬੇ ਸਵਾਲ ਆਪੋਜੀਸ਼ਨ ਵਿਰੋਧੀ ਟੀਰਾਜਾ ਚਿੰਤਕਾਂ ਨੇ ਖੜੇ ਕੀਤੇ ਹੁਣ ਪਿਛਲੇ ਦਿਨੀ ਬਿਰਸਾ ਸਿੰਘ ਬਲਟੋਹਾ ਹੋਰੀ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਹੈਗੇ ਨੇ ਜਿਵੇਂ ਟਵਿੱਟਰ ਹੋ ਗਏ ਫੇਸਬੁੱਕ ਯੂਟਿਊਬ ਉੱਥੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਮਾਮਲਾ ਆਪਾਂ ਨੂੰ ਪਤਾ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਵਿੱਚ ਵਿਚਾਲੇ ਫਸਿਆ ਹੋਇਆ ਤੇ ਉਹਨਾਂ ਵਿਚਾਰਾਂ ਦੇ ਵਿੱਚ ਜਤਿਹਦਾਰ ਸਾਹਬ ਦਾ ਉੱਪਰ ਵੱਡੇ ਇਲਜ਼ਾਮ ਲੱਗੇ ਇਲਜ਼ਾਮ ਇਹ ਲੱਗੇ ਕਿ ਬੀਜੇਪੀ ਤੇ ਆਰਐਸਐਸ ਦੇ ਦਬਾਅ ਦੇ ਹੇਠ ਨੇ ਇਹਦਾ ਰਿਐਕਸ਼ਨ ਤਾਂ ਹੋਣਾ ਸੀ ਰਿਐਕਸ਼ਨ ਹੋਇਆ ਜਤਿਹਦਾਰ ਸਾਹਿਬਾ ਨੇ ਆਪਣਾ ਸਪਸ਼ਟੀਕਰਨ ਬਿਆਨ ਜਾਰੀ ਕੀਤਾ ਤੇ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਾਂ ਆਪਣਾ ਅਸਤੀਫਾ ਤੱਕ ਦੇਣ ਦੀ ਗੱਲ ਕਹੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਕਿ ਮੈਨੂੰ ਲੈ ਕੇ ਮੇਰੇ ਨਿੱਜਤਾਂ ਨੂੰ ਲੈ ਕੇ ਮੇਰੇ ਪਰਿਵਾਰ ਨੂੰ ਲੈ ਕੇ ਤਮਾਮ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਸ਼ਰਮਣੀਆਂ ਕਾਲਜ ਵਾਲੇ ਸੀ ਜਿਹਨੂੰ ਕਾਊਂਟਰ ਕੀਤਾ ਪ੍ਰੈਸ ਕਾਨਫਰੰਸ ਕਰਕੇ ਯਾਨਕਿ ਸਵਾਲਾਂ ਦੇ ਘਟਾਰੇ ਦੇ ਵਿੱਚ ਇੱਕ ਪਾਸੇ ਪੰਥ ਦੂਜੇ ਪਾਸੇ ਪੰਥ ਦੀ ਸਿਆਸਤ ਘਿਰ ਗਈ ਸੋ ਕੀ ਰੱਬ ਸਾਹਿਬ ਇਹ ਸੰਕੇਤ ਹੈ ਪੰਜਾਬ ਦੇ ਲਈ ਜੀ ਦੇਖੋ ਸ਼ਰਮ ਨੇ ਪੰਜਾਬ ਦੀ ਮਾਰਿਆ ਸੀ ਕਿੱਟ ਪਹਿਲੀ ਗੱਲ ਕਿ ਇਹਦੇ ਵਿੱਚ ਦੋਨੇ ਤਰ੍ਹਾਂ ਜੋ ਮਰਜ਼ੀ ਕਹਿਣਾ ਦੋਨੇ ਤਰ੍ਹਾਂ ਕਿਤੇ ਨਾ ਕਿਤੇ ਆਰਐਸਐਸ ਬੀਜਪੀ ਦੇ ਤੋ ਥੱਦੇ ਹੈਗੀਆਂ ਨੇ ਇਹ ਇਹ ਮੰਨਣ ਨਾ ਮੰਨਣ ਕਿਉਂਕਿ ਜਦ ਸਾਰੀ ਗੁਰਬਾਣੀ ਸਾਰਾ ਇਤਿਹਾਸ ਆਰਐਸਐਸ ਬੀਜਪੀ ਦਾ ਵੀ ਕਿਹਾ ਪੜਾਇਆ ਜਾ ਰਿਹਾ ਸਕੂਲਾਂ 'ਚ ਕਾਲਜਾਂ 'ਚ ਕਿ ਉਹ ਜਿਹੜੇ ਤੁਹਾਡੇ ਗੁਰਦੁਆਰੇ 'ਚ ਅੰਦੀ ਮਰਿਆਦਾ ਉਹ ਆਪਣੇ ਤਰੀਕੇ ਨਾਲ ਆਪਦੇ ਬੰਦੇ ਉਹਨਾਂ ਨੇ ਮੈਨੂੰ ਕਿਸੇ ਨੇ ਦੱਸਿਆ 500 ਬੰਦਾ ਪੈਂਟ ਕਰਕੇ ਰਾਗੀ ਟਾਡੀ ਬਣਿਆ ਹੋਇਆ ਤੇ ਆਪਣਾ ਬਾਕੀ ਜਾਂ ਹੋਰ ਜੋ ਵੀ ਕਥਾ ਕਰਾ ਤੋ ਇਸ ਕਰਕੇ ਇਹ ਕਹਦਾ ਪਾ ਪੁੱਟ ਜੀਏ ਵੀ ਇਹ ਇਹ ਆਰਐਸਐਸ ਦੀ ਦਖਲਅੰਦਾਜ਼ੀ ਨੂੰ ਬੰਦ ਕਰ ਰਹੇ ਨੇ ਜੀ ਦੋਨੇ ਤਰ੍ਹਾਂ ਆਰਐਸਐਸ ਦੀ ਦਖਲਅੰਦਾਜ਼ੀ ਕਰਾਉਣ ਵਾਸਤੇ ਕਾੜੀਆਂ ਨੇ ਕਿ ਉਹਦੇ ਵਿੱਚ ਜੇ ਅਸੀਂ ਰੱਖਤਾਂ ਦੇ ਜੱਜੇਦਾਰ ਸਹਿਬਾਨ ਦੀ ਇੱਜ਼ਤ ਕਰਦੇ ਹੋਈ ਕਹੀਏ ਹਜੂਰ ਸਾਹਿਬ ਚ ਕੀ ਹੋਇਆ ਰਤਨਾ ਸਾਹਿਬ ਦਾ ਜੱਜੇਦਾਰ ਨੇ ਤਾਂ ਪਾਈ ਭਗਵਾਂ ਚੋਲਾ ਹੋਇਆ ਸੋ ਇਸ ਕਰਕੇ ਕੋਈ ਕਿਸੇ ਕੋ ਉੱਤੇ ਬੈਠਣ ਨਾਲ ਜੇ ਉਹ ਉਸ ਅਸਾਮੀ ਦੇ ਅਨਸਾਰ ਕੰਮ ਨਹੀਂ ਕਰਦਾ ਠੀਕ ਹੈ ਫਿਰ ਉਹ ਵਿਅਕਤੀ ਹੈ ਫਿਰ ਉਹ ਅਸਾਮੀ ਦੀ ਤਾਕਤ ਨਹੀਂ ਉਹਦੇ ਕੋਲ ਉਸ ਆਉਂਦੀ ਕਾਨੂੰਨੀ ਤਾਕਤ ਹੁੰਦੀ ਹੈ ਕਿ ਨੈਤਿਕ ਤਾਕਤ ਨਹੀਂ ਹੁੰਦੀ ਫਿਰ ਇੱਕ ਸਵਾਲ ਹੈਗੇ ਨੇ ਅਕਾਬੀ ਦਲ ਤੇ ਅਕਾਬੀ ਦਲ ਤੇ ਵੀ ਨੇ ਬਾਕੀ ਟੁੱਟੇ-ਫੁੱਟੇ ਜਿੰਨੇ ਵੀ ਉਹਦੇ ਟੋਟੇ ਬੰਦ ਰਹੇ ਨੇ ਉਹਨਾਂ ਤੇ ਵੀ ਨੇ ਜਿਹੜੇ ਉਹਨਾਂ ਦੀਆਂ ਧਾਰਮਿਕ ਸਿੱਖਿਸ਼ਤਾ ਨੇ ਉਹਨਾਂ ਤੇ ਵੀ ਉਹ ਸਵਾਲ ਹੈਗੇ ਨੇ ਕਿ ਤੁਸੀਂ ਕਰਮ ਕਾਂਡ ਜਿਹਦੇ ਵਿੱਚੋਂ ਸਿੱਖੀ ਨੇ ਕੱਢਿਆ ਸੀ ਲੋਕਾਂ ਨੂੰ ਵੀ ਕਰਮ ਕਾਂਡ ਚ ਨਹੀਂ ਪੈਣਾ ਕਿਰਤ ਚ ਪੈਣਾ ਹੈ ਕਿ ਤੁਸੀਂ ਮਲਖ ਭਗਾਂ ਦੇ ਨਾਲ ਨਹੀਂ ਰਹਿਣਾ ਭਾਈ ਲਾਡੂਆਂ ਦੇ ਨਾਲ ਨਹੀਂ ਰਹਿਣਾ ਤੁਸੀਂ ਜਾਸਪਾਸ ਨਹੀਂ ਕਰਨੀ ਤੁਸੀਂ ਆਰਥਿਕ ਮਰਦ ਦਾ ਵਿਚਕਰਾਂ ਨਹੀਂ ਕਰਨਾ ਇਹ ਸਾਰਾ ਕੁਝ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਤੰਤਰ ਫਸਿਆ ਹੋਇਆ ਹੈ ਇਹ ਜੋ ਨਿਕਲ ਨਹੀਂ ਰਿਹਾ ਕਹਿਣ ਨੂੰ ਜਿੰਨਾ ਮਰਜ਼ੀ ਕਰੀ ਪਰ ਚੰਗਾ ਹੈ ਜਾਂ ਮਾਰਾ ਹੈ ਵਿਰਸਾ ਸਿੰਘ ਮਲਟੋਹਾ ਨੇ ਇੱਕ ਜਿਹੜੀ ਮਾੜੀ ਗੱਲ ਕਰੀ ਉਹ ਇਹ ਹੈ ਜਸੇਦਾਰਾਂ ਨੂੰ ਇੱਕ ਸੰਸਥਾ ਹੈ ਜਹੀ ਜੀ ਵੀ ਹੈ ਜੀ ਉਹ ਨਵੀ ਹੈ ਉਹਨਾਂ ਨੇ ਇਕੱਠੇ ਹੋ ਕੇ ਉਹਨੂੰ ਕੋਈ ਹੁਕਮ ਸੁਣਾਤਾ ਉਹਦੇ ਉੱਤੇ ਉਸ ਨੇ ਵੱਡੀ ਕਿੰਤੂ ਕਿੰਤੂ ਕ੍ਰਿਤਿਕਾ ਅਕੈਡਮੀ ਸ਼ੁਰੂ ਕਰਤੀ ਇਹ ਜਿਹੜੀ ਪ੍ਰਤੀਕ ਰਿਹਾ ਇੱਕ ਹੱਤਸੀਨ ਇਦੇ ਨਾਲ ਕੀ ਹੈ ਵਿਸ਼ਾ ਸਿੰਘ ਬਲਟੋਹਾ ਵੀ ਉਸੇ ਆਰਐਸਐਸ ਦੇ ਹੱਥੇ ਇਹਦਾ ਕਿਉਂਕਿ ਆਰਐਸਐਸ ਤੋਂ ਲਈ ਆਪਰਾ ਅਮਰ ਜੰਗ ਹੋਵੇ ਜਥੇਦਾਰਾਂ ਦਾ ਰੁਤਵਾ ਥੱਲੇ ਜਾਵੇ ਉਹਨਾਂ ਨੂੰ ਆਰਐਸਐਸ ਚੁਣੌਤੀ ਨਾ ਦੇਵੇ ਕਿ ਆਨਾਂ ਕਿ ਆਰਐਸਐਸ ਸੰਘ ਚੁਣੌਤੀ ਦਵਾਈਆਂ ਵੀ ਹੈ ਗੁਰਦੁਆਰਿਆਂ ਨੂੰ ਇੱਕ ਬੰਦਾ ਕਹਿ ਰਿਹਾ ਸੀ ਕਹਿੰਦਾ ਅਸੀਂ ਤਾਂ ਇੱਥੇ ਬੈਠ ਕੇ ਹਨੂਮਨ ਚਾਲੀਸਾ ਪਾਠ ਕਰਿਆ ਕਰਾਂਗੇ ਕੋਈ ਬੰਦਾ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਕੋਈ ਟਾਈਟਲ ਲਾ ਕੇ ਚਲਾ ਜਾਂਦਾ ਹੈ ਉਹ ਸਕੀਮ ਚੱਲ ਰਹੀ ਹੈ ਪਰ ਉਹ ਫੇਰ ਵੀ ਉਹਨਾਂ ਵਾਸਤੇ ਔਖਾ ਥੜਾ ਜਾ। ਆ ਸਿੱਧੇ ਤਰੀਕੇ ਦੀ ਅਵਧਾਂ ਤੋਂ ਹੀ ਘਟਵਾਈ ਦਿਓ। ਅਵਧਾਂ ਤੋਂ ਹੀ ਕਹੋ ਵੀ ਇਹ ਇਹ ਕੌਣ ਨੇ ਇਹ ਕੌਣ ਨੇ। ਸੋ ਇਹ ਜਿਹੜਾ ਮਾੜਾ ਮੁੱਟਾ ਇੱਕ ਸੰਸਥਾ ਦਾ ਢਾਂਚਾ ਹੈਗਾ ਚੰਗਾ ਜਮਾ ਹੈ। ਉਹਦੇ ਵਿੱਚ ਵਿਕਾਸ ਸਿੰਘ ਬਲਤੋਹਾ ਨੇ ਗੱਤੀ ਕਰੀ ਹੈ। ਉਦੋਂ ਅੱਗੇ ਮੈਨੂੰ ਕਹਿਣ ਚ ਕੋਈ ਚਿਚਕ ਨਹੀਂ ਹੈ। ਜਿਹੜਾ ਜੱਜੇਦਾਰ ਸਾਹਿਬਾਂ ਨੇ ਵੀ ਕਾਲਪਤਖ ਸਾਹਿਬ ਦੇ ਜੱਜੇਦਾਰ ਸਾਹਿਬ ਨੇ ਜਦ ਗਿਆਨੀ ਹਰਪ੍ਰਿੰਦ ਸਿੰਘ ਨੇ ਅਸਤੀਫਾ ਦਿੱਤਾ। ਸਟੀਫਨ ਸਸ਼ਰਮਣ ਕਮੇਟੀ ਨੂੰ ਦਿਨਾਸੀ ਕਿ ਉਹਨਾਂ ਨੇ ਕੰਮਿਸਬਲ ਨੂੰ ਕਿਹਾ ਹੋਣਾ ਜਿਹੜਾ ਸਰਬ ਨੇ ਇਕ ਹੱਦ ਤੱਕ ਸਾਹ ਦੇ ਜਿਵੇਂ ਸਰਬ ਨੇ ਗੰਨੇ ਗੀਰ ਸਿੰਘ ਜੀ ਨੇ ਕਿ ਵੀ ਇਹ ਨਾਮ ਮਨਜ਼ੂਰ ਕਰਿਓ ਉਹ ਪਵਰਕਸ਼ ਆ ਗਈ ਗਾਡਾ ਉਹ ਪਵਰਕਸ਼ ਕਿਉਂ ਆਈ ਇਹ ਤਾਂ ਦੰਦ ਨਹੀਂ ਕਰ ਲੈਣਾ ਇਹ ਜਿਹੜਾ ਪਬਲਿਕ ਚ ਆਉਂਦਾ ਇਹਦਾ ਮਤਲਬ ਦੋਨੇ ਤਰ੍ਹਾਂ ਕੱਟ ਨਹੀਂ ਸਕੀ ਜੇ ਗਿਆਨੀ ਗੀਰ ਸਿੰਘ ਵੀ ਮੈਂ ਤਾਂ ਕੱਲ ਤੱਕ ਮੈਂ ਜੱਥੇ ਨਾ ਕਿ ਉਹ ਜਿਹੜਾ ਗਨੇ ਹਰਪ੍ਰੀਤ ਸਿੰਘ ਜੀ ਦਾ ਅਸਤੀਫਾ ਇਹ ਨਹੀਂ ਮਨਜ਼ੂਰ ਹੋਣਾ ਚਾਹੀਦਾ ਉਹ ਵੀ ਸਮਝ ਰੱਖ ਕੇ ਕਹਿੰਦੇ ਆਪ ਜੀ ਵੀ ਆਪ ਸੱਚੀ ਗੱਲ ਰੱਖਦੇ ਇਹ ਅੰਦਰ ਵੀ ਕਰਨ ਨੂੰ ਬਾਹਰ ਕੱਢ ਰਹੇ ਨੇ ਦੋਨੇ ਤਰ੍ਹਾਂ ਹੁਣ ਦੋਨੇ ਤਰ੍ਹਾਂ ਆਪਦੇ ਰੁਸਵੇ ਤੋਂ ਥੱਲੇ ਆ ਰਹੀਆਂ ਨੇ ਮਿਹਨ ਵੀ ਨਹੀਂ ਹੋ ਗਈ ਅੱਛਾ ਇਹਦੇ ਵਿੱਚ ਮੈਂ ਇਹ ਕਹਾਂਗਾ ਵੀ ਜਿਹੜਾ ਕੋਈ ਕਿਸ ਨੂੰ ਚੰਗਾ ਨਾ ਵੀ ਲੱਗੇ ਜਿਹੜਾ ਇਹ ਪੰਜਾਂ ਸਿੰਘ ਸਹਿਬਾਨ ਦਾ ਜਿਹੜਾ ਹੈਗਾ ਇਹਦੇ ਨਾਲ ਰਸਵਾਇ ਇਹਨਾਂ ਦਾ ਆਪ ਦਾ ਘਟਿਆ ਕਿੱਥੇ ਬਿਰਸਾ ਸਿੰਘ ਬਲਤੋਹਾ ਕੱਲਾ ਉਹਦੇ ਬਾਰੇ ਜੋ ਸਭ ਨੂੰ ਪਤਾ ਹੈ ਕਿੱਥੇ ਬਰਾਬਰ ਖੜਗੇ ਉਹਦੇ ਆ ਕੇ ਇਹਨਾਂ ਨੂੰ ਉਹਦੇ ਬਰਾਬਰ ਕਰਨ ਦੀ ਉਹ ਕੋਸ਼ਿਸ਼ ਕਰੇਗਾ ਇਸ ਤਰ੍ਹਾਂ ਸਿੰਘ ਵਰਤੋਹਾ ਤਾਂ ਇਹ ਕੋਸ਼ਿਸ਼ ਕਰੇਗਾ ਵੀ ਇਹ ਸਿੰਘ ਸਾਹਿਬਾਨ ਦੇ ਬਰਾਬਰ ਆ ਕੇ ਖੜ ਜਾਣਾ ਸੀ ਕਿ ਦੂਜਿਆਂ ਨੂੰ ਮਹਿਣਾ ਨਹੀਂ ਹੋਈ ਇਹ ਸਿੰਘ ਸਾਹਿਬਾਨ ਨੇ ਦੇਖਣਾ ਵੀ ਮੈਂ ਤੁਹਾਡੇ ਨਾਲ ਕਦੇ ਵਾਸਤੇ ਬੈਠਣਾ ਅਸੀਂ ਕਿਉਂਕਿ ਤੇਰੇ ਨਾਲ ਮੁਕਾਬਲੇ ਚ ਆਉਣਾ ਇਹ ਇਸ ਗੱਲ ਦੇ ਉੱਤੇ ਬਹੁਤ ਵੱਡਾ ਸਵਾਲ ਹੈ ਵੀ ਤੁਸੀਂ ਜਦ ਪਬਲਿਕ ਦੇ ਵਿੱਚ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਉਹ ਉਹ ਬੰਦੇ ਜੋ ਬੰਨ ਤੁਸੀਂ ਜੋ ਕਹਿਣਾ ਹੈ ਆਪਦੇ ਤਰੀਕੇ ਨਾਲ ਕਹਿਣਾ ਸੋ ਮੈਨੂੰ ਆਇਆ ਲੱਗਦਾ ਇਹ ਦੋਨੇ ਪਾਸੇ ਹੀ ਗੇਮ ਤੱਕ ਕਿਹਨਾ ਕਿਤੇ ਚੱਲ ਰਹੀ ਆ ਭੱਟੀ ਉਸ ਗੇਮ ਦੇ ਵਿੱਚ ਪੰਜਾਬ ਦੇ ਵਿੱਚ ਸਿੱਖੀ ਨੂੰ ਧਾਲਾ ਲਾ ਕੇ ਕਿਉਂਕਿ ਪੰਜਾਬ ਉਹਨਾਂ ਚਿਰ ਬਚਾ ਰਹਿਣਾ ਜਿੰਨਾ ਚਿਰ ਸਿੱਖੀ ਬਚੀ ਹੈ ਸਿੱਖੀ ਤੇ ਪੰਜਾਬੀ ਵਿੱਚ ਬਹੁਤ ਬਰੀਕ ਲਾਈਨ ਹੈ ਉਹ ਬਰੀਕ ਲਾਈਨ ਹੈਗੀ ਹੈ ਇਹ ਕੋਸ਼ਿਸ਼ ਕਰਦੇ ਨੇ ਉਹਨੂੰ ਖਾਈ ਬਣਾ ਕੇ ਕਿ ਹਿੰਦੂਆਂ ਤੇ ਸਿੱਖਾਂ ਚ ਪੜਾ ਪਾਇਆ ਜਾਵੇ ਇਹ ਆਰਐਸਐਸ ਦਾ ਗੇਮ ਹੈ ਇਹ ਪੂਰੀ ਗੇਮ ਪੂਰਾ ਝੋਲ ਲੱਗਿਆ ਹੋਇਆ ਉਹਦੇ ਉੱਤੇ ਇਹ ਸਾਰੀਆਂ ਧਿਰਾਂ ਉਸ ਗੇਮ ਦੇ ਵਿੱਚ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਟ੍ਰਿਕੇ ਦੇ ਨਾਲ ਆਪਣੀ ਭੂਮਿਕਾ ਨਿਭਾ ਰਹੀਆਂ ਨੇ ਉਹ ਭਾਈ ਨੂੰ ਡੂੰਘਾ ਕਰਨ ਚ ਉਹ ਮਿਤੇ ਇੰਝ ਨਿਭਾ ਰਹੀਆਂ ਇਹਨਾਂ ਕੋਲ ਤਵੇ ਨੇ ਇਹਨਾਂ ਕੋਲ ਗਿਆਨ ਹੈ ਇਹਨਾਂ ਕੋਲੇ ਸੰਸਥਾਵਾਂ ਨੇ ਇਹਨਾਂ ਕੋਲ ਜਥੇਬੰਦੀਆਂ ਨੇ ਪਰ ਉਹਨਾਂ ਜਥੇਬੰਦੀਆਂ ਨੂੰ ਸੰਸਥਾਵਾਂ ਨੂੰ ਗਿਆਨ ਨੂੰ ਰੁਤਬਿਆਂ ਨੂੰ ਸਿੱਖੀ ਦੇ ਵਾਸਤੇ ਵਰਤਨ ਦੀ ਬਜਾਏ ਸਿੱਖ ਮਰਿਆਦਾ ਦੇ ਵਾਸਤੇ ਵਰਤਨ ਦੀ ਬਜਾਏ ਸਿੱਖ ਦਰਸ਼ਨ ਦੇ ਵਾਸਤੇ ਫਲਸਫੇ ਦੇ ਵਾਸਤੇ ਵਰਤਨ ਦੀ ਬਜਾਏ ਗੁਰਵਾਨੀ ਦੇ ਸਿਧਾਂਤਾਂ ਵਾਸਤੇ ਵਰਤਨ ਦੀ ਬਜਾਏ ਸਿਖਰਚ ਆਸ ਨੂੰ ਠੀਕ ਕਰਨ ਦੀ ਬਜਾਏ ਸਿੱਖੀ ਦੇ ਪ੍ਰਚਾਰ 'ਚ ਵਰਤਨ ਦੀ ਬਜਾਏ ਇਹਨੂੰ ਉਹ ਕਰਮ ਕਾਂਡ 'ਚ ਪਾ ਰਹੇ ਨੇ ਉਹਦਾਂ ਦੇ ਨਾਲ 'ਚ ਜਪਾ ਰਹੇ ਨੇ ਆਪਦੇ ਹੰਕਾਰ 'ਚ ਇੱਕ ਦੂਜੇ 'ਚ ਪਾ ਰਹੇ ਨੇ ਕਿ ਹੰਕਾਰ ਦਾ ਸਿੱਖੀ ਨਾਲ ਕੋਈ ਨੇੜ ਨਹੀਂ ਹਾਲਾਂਕਿ ਹਉਮੈ ਦੀ ਇਹ ਰੋਗ ਹੈ ਤਾਲੂਤੀ ਸਮਾਹੇ ਹਉਮੈ ਦਾ ਮਤਲਬ ਇਹੀ ਹੈ ਵੀ ਆਪਣੇ ਆਪ ਨੂੰ ਜ਼ੀਰੋ ਨਹੀਂ ਕਰ ਲੈਣਾ ਮਿਟਾ ਨਹੀਂ ਲੈਣਾ ਆਪਣੇ ਆਪ ਦੀ ਵੀ ਹਾਜ਼ਰੀ ਮੰਨ ਲੈਣੀ ਪਰ ਇਹਦਾ ਮਤਲਬ ਨਹੀਂ ਵੀ ਦੂਜੇ ਨੂੰ ਜ਼ੀਰੋ ਕਰਨਾ ਸੋ ਬਿਸਰਾ ਸਿੰਘ ਬਲ ਤੁਹਾਡੇ ਬਰਾਬਰ ਜਾਂਦੇ ਤੇ ਸਿੰਘ ਬਲ ਤੁਹਾਨੂੰ ਬਹੁਤ ਗਲਤ ਕਰਿਆ ਪਰ ਜਦੋਂ ਉਹਦੇ ਬਰਾਬਰ ਆ ਕੇ ਜਥੇਦਾਰ ਸਾਹਿਬ ਇਸ ਤਰੀਕੇ ਨਾਲ ਖੜ ਗਏ ਤੇ ਅਲਾਨੀਆਂ ਬਿਆਨ ਦੇਣ ਲੱਗੇ ਤਾਂ ਮੈਨੂੰ ਲੱਗਦਾ ਉਹਦੇ ਨਾਲ ਜਿਵੇਂ ਜਥੇਦਾਰ ਸਾਹਿਬਾਂ ਦਾ ਜਾਦੇ ਉਹਨਾਂ ਨੇ ਮਿੱਟੀ ਚੰਨ ਕੇ ਜੇ ਹੋ ਗਿਆ ਹੈ ਉਹ ਨਹੀਂ ਕਰਨਾ ਚਾਹੀਦਾ ਸੀ ਮਨ ਇੱਕ ਵੱਡੀ ਉਹ ਅਥਾਰਟੀ ਨੇ ਉਹਨਾਂ ਕੋਲੇ ਬਹੁਤ ਵੱਡੀ ਸ਼ਕਤੀ ਹੈ ਤੇ ਉਸ ਤਰੀਕੇ ਦੇ ਨਾਲ ਉਹਨੂੰ ਅੰਦਰ ਸਮੇਟ ਕੇ ਰੱਖਿੰਦਾ ਹੈ ਸ਼ਕਤੀ ਨੂੰ ਬਹੁਤਾ ਬਾਹਰ ਨਹੀਂ ਦਿਖਾਈਦਾ ਪੰਜਾਬ ਦਾ ਦੁਕਾਨ ਦਾ ਇਹ ਸਿੱਖੀ ਦਾ ਵੀ ਦੁਕਾਨ ਦਾ ਔਰ ਇਹਦੇ ਉੱਤੇ ਮੈਂ ਕਹਾਂਗਾ ਵੀ ਚਰਮ ਕਾਂਬਲਾ ਸਿੱਖੀ ਦੇ ਜਿਹੜੇ ਉਸੂਲਾਂ ਦਾ ਹੁਣ ਹੋਰ ਕਾਹਨ ਹੋਏਗਾ ਸਹੀ ਉੱਤਸਵ ਅਗਲੀ ਜਿਹੜੀ ਖਬਰ ਹੋਵੇ ਕਿ ਅਸਾਮ ਦੀ ਨਾਗਰੀਤਾਂ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਕੀ ਉਹ ਫੈਸਲਾ ਆ ਜੀ ਤਕੋ ਗੱਲ ਇਹ ਹੈ ਵੀ ਭਾਰਤ ਦੇ ਵਿੱਚ ਇੱਕ ਕਾਨੂੰਨ ਹੈ 1951 ਦਾ ਨਾਗਰਿਕਤਾ ਕਾਨੂੰਨ ਉਹਦੇ ਵਿੱਚ ਇੱਕ 6A ਧਾਰਾ ਹੈ ਜਿਹਦੇ تحت ਇਹ ਪਾਈ ਗਈ ਸੀ 6A ਧਾਰਾ 6A ਪਾਈ ਗਈ ਸੀ ਤੇ ਜਿਹੜੇ ਬੰਗਲਾਦੇਸ਼ ਚੋਂ ਲੋਕ ਆਏ 1971 ਤੱਕ ਮਾਰਤ 1971 ਦੇ ਦਾ ਪੱਤੀ ਕੇ ਸਤਾਈ ਉਦੋਂ ਤੱਕ ਜਿਹੜੇ ਆ ਗਏ ਉਹਨਾਂ ਨੂੰ ਸਾਰਿਆਂ ਨੂੰ ਸਿ ਨਾਗਰਿਕ ਮੰਨ ਲੈਣਾ ਉਸ ਤੋਂ ਬਾਅਦ ਜਿਹੜੇ ਆ ਗਏ ਉਹਨਾਂ ਨੂੰ ਕੋਸ ਬਠੀ ਮੰਨਦਾ ਇਹਦੇ ਉੱਤੇ ਅਸਾਮ ਵਾਲਿਆਂ ਨੇ ਕੁਝ ਨਹੀਂ ਕੀਤਾ ਵੀ ਸਾਡਾ ਸੱਭਿਆਚਾਰ ਇਹ ਦੇ ਨਾਮ ਆ ਰਿਹਾ ਜੀ ਸਾਡੇ ਆ ਹੋ ਰਿਹਾ ਉਹ ਹੋ ਰਿਹਾ ਹੈ ਸੁਪਰੀਮ ਕੋਰਟ ਚ ਪੰਜ ਜੱਜ ਸਾਹਿਬਾਨ ਦੇ ਬੈਂਚ ਦੇ ਕੋਲ ਕੇਸ ਲੱਗਿਆ ਹੋਇਆ ਹੈ ਇਹ ਫੈਸਲਾ ਹੋਇਆ ਹੈ 4 1 ਦੇ ਹਿਸਾਬ ਨਾਲ 4 ਜੱਜ ਸਾਹਿਬਾਨ ਇੱਕ ਪਾਸੇ ਨੇ ਇੱਕ ਜੱਜ ਸਾਹਿਬ ਪੱਜੀ ਵਾਲਾ ਨੇ ਜਿਹੜੇ ਉਹ ਵੱਖਰੇ ਉਹਨਾਂ ਦਾ ਵਿਚਾਰ ਹੈ ਹੁਣ ਉਹਦੇ ਵਿੱਚ ਇਹ ਫੈਸਲੇ ਦੇ ਵਿੱਚ ਕਹਿ ਦਿੱਤਾ ਗਿਆ ਵੀ ਨਾਗਰਿਕਤਾ ਤੇ ਵੋਟ ਇਹ ਦੋਹਾਂ ਦਾ ਕੋਈ ਆਪਸ ਵਿੱਚ ਬਹੁਤਾ ਮੇਲ ਨਹੀਂ ਵੋਟ ਦੇਖ ਨਹੀਂ ਹਉਤੇ ਤੋਂ ਬਿਨੈ ਨਾਗਰਿਕਤਾ ਪ੍ਰਾਪਤ ਨਹੀਂ ਹੋਈ ਤੁਝਾ ਜਿਹੜਾ ਹੈਗਾ ਕਿ ਸਵੇਚਾਰ ਕਿਸੇ ਵਕਾਇਮ ਰਹੇ ਕਿ ਨਾ ਉਹ ਸਵੇਚਾਰ ਕਾਇਮ ਰੱਖਣ ਦਾ ਮਤਲਬ ਇਹ ਨਹੀਂ ਵੀ ਦੂਜੇ ਦੇ ਸਵੇਚਾਰ ਨੂੰ ਰੋਕ ਦੇਣਾ ਆਸਾਮੀਆਂ ਨੇ ਕਿਹਾ ਸਾਡਾ ਸਵੇਚਾਰ ਖਤਮ ਹੋ ਰਿਹਾ ਜਦ ਦੇ ਬਹਾਪਿਆ ਰਹੇ ਕਹਿੰਦੇ ਤੁਹਾਨੂੰ ਇਡਾ ਬੜਾ ਕੋ ਬਹੁਤਾ ਆਇਆ ਨਹੀਂ ਆ ਵੀ ਤੁਸੀਂ ਨਵੇਂ ਕਿਲੇ ਰਹਮਤੇ ਥੋੜਾ ਸਵੇਚਾਰ ਵੱਖਰਾ ਰਹੇ ਇਹ ਜਿਹੜੀ ਗੱਲ ਹੈ ਕਿ ਤੁਹਾਡਾ ਸਵੇਚਾਰ ਵੱਖਰਾ ਰਹੇ ਤੁਸੀਂ ਨਵੇਂ ਕਿਲੇ ਰਹੋ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ ਮੈਨੂੰ ਲੱਗਦਾ ਹੈ ਵੀ ਇਹ ਸਿੱਟੇ ਬਹੁਤ ਦੂਰ ਨਿਕਲਣਗੇ ਇਹ ਸਾਡੀ ਵੰਨ ਸੁਵੰਤਾ ਨੂੰ ਜਿਹੜੀ ਹੈਗੀ ਹੈ ਵੰਨ ਸੁਵੰਤਾ ਹੋਣ ਦੇ ਬਾਵਜੂਦ ਇਕੱਠੇ ਰਹਿਣ ਵਾਲੀ ਜਿਹੜੀ ਭਾਵਨਾ ਹੈ ਉਹਨੂੰ ਕਿਤੇ ਨਾ ਕਿਤੇ ਛੱਟ ਮਾਰੇਗੀ ਕਿਉਂਕਿ ਤੁਸੀਂ ਵੰਨ ਸੁਵੰਤਾ ਨੂੰ ਕਹਿੰਦਾ ਵੀ ਲੋੜ ਨਹੀਂ ਆ ਵੰਨ ਸੁਵੰਤਾ ਵੀ ਕੋਈ ਜ਼ਰੂਰੀ ਨਹੀਂ ਹੈ ਭਾਦਕੇ ਮੰਨਦਾ ਤਾਂ ਇਹ ਵੀ ਵੰਨ ਸੁਵੰਤਾ ਹੋਣ ਦੇ ਬਾਵਜੂਦ ਲੋਕ ਰਹਿ ਸਕਦੇ ਨੇ ਸਾਡਾ ਸੰਵਿਧਾਨ ਸਾਡਾ ਦੇਸ਼ ਵੰਸ ਉਹਨਾਂ ਦੇਸ਼ ਹੈ ਵੰਸਵੰਤਾ ਹੁੰਦੇ ਬਾਜੂ ਇਕੱਠਾ ਹੈ ਇਹ ਨਹੀਂ ਆ ਕਿ ਵੰਸਵੰਤਾ ਜਿਹੜੀ ਆ ਉਹਦਾ ਮਤਲਬ ਇਹ ਨਹੀਂ ਆ ਵੀ ਵੰਸਵੰਤਾ ਰੱਖਣੀ ਜ਼ਰੂਰੀ ਹੈ ਤੇ ਇਕੱਠਾ ਰਹਿਣਾ ਜ਼ਿਆਦਾ ਜ਼ਰੂਰੀ ਹੈ ਜਦ ਇਹ ਇਕੱਠਾ ਰਹਿਣਾ ਜ਼ਿਆਦਾ ਜ਼ਰੂਰੀ ਕਰਦਾ ਆਗੀ ਵੰਸਵੰਤਾ ਨੂੰ ਛੋਟਾ ਕਰਤਾ ਉਹਦੇ ਨਾਲ ਵੱਡਾ ਨੁਕਸਾਨ ਹੋਈ ਉਹ ਪੰਜਾਬ ਨੂੰ ਬੜਾ ਵੱਡਾ ਖਤਰਾ ਹੈ ਜਿਹੜੇ ਅਸੀਂ ਕਹਿੰਦੇ ਆ ਵੀ ਹੁਣ ਇੱਚੋਂ ਦੂਜੇ ਪ੍ਰਵਾਸੀ ਆ ਰਹੇ ਨੇ ਮੈਨੂੰ ਮੇਰੇ ਸਾਹਮਣੇ ਕਿਹਾ ਲੋਕਾਂ ਨੇ ਵੀ ਅਸੀਂ ਤਾਂ ਇੱਥੇ ਡੈਮੋਗ੍ਰਾਫੀ ਬਦਲ ਰਿਹਾ ਇੱਕ ਤਾਂ ਹੈਗਾ ਚਲੋ ਕਿਤੇ ਵਾਸਤੇ ਆ ਰਹੇ ਨੇ ਇੱਥੇ ਕੰਮ ਕਰਦੇ ਨੇ ਹੋਰ ਉਹ ਸਭ ਕੁਝ ਠੀਕ ਹੈ ਜਿਹੜਾ ਡੈਮੋਗ੍ਰਾਫੀ ਆ ਪੰਚਾਇਤ ਦੀਆਂ ਚੋਣਾਂ ਚ ਹੋਣੀ ਆਪਾਂ ਪਹਿਲੇ ਬਾਤ ਦੀ ਗੱਲ ਕਰਕੇ ਥੇ ਉੱਥੇ ਕਾਫੀ ਜਿਹੇ ਸੀ ਪ੍ਰਵਾਸੀਆਂ ਕਹਿੰਦੇ ਕਿ ਉਹ ਨਹੀਂ ਵੰਕਦੇ ਇਹਦਾ ਮਤਲਬ ਅਸੀਂ ਲੋਕਾਂ ਨੂੰ ਸਿਖਾਇਆ ਵੀ ਨਹੀਂ ਅਸੀਂ ਸੱਚ ਵੀ ਨਹੀਂ ਦੱਸਿਆ ਅਸੀਂ ਲੋਕ ਵੀ ਹਰੇਕ ਬੰਦਾ ਐ ਕਿਉਂ ਨਹੀਂ ਕਰਦੇ ਐ ਕਿਉਂ ਨਹੀਂ ਕਰ ਕੋਈ ਅਸੀਂ ਸਿਖਾਇਆ ਹੀ ਨਹੀਂ ਸਿਆਣੇ ਨਹੀਂ ਬਣਾਏ ਬੰਦੇ ਬਸ ਇਸੇ ਸਵਾਲ ਹੁਈ ਗੱਦ ਤੇ ਪੁੱਛੇ ਸਿੱਧੇ ਜੋ ਮਰਜੀ ਕਰ ਦੋ ਬਿਨਾਂ ਦੇਖੇ ਆ ਗੱਡੀ ਚਵਾ ਦੋ ਕਿਉਂਕਿ ਅੱਜ ਕੱਲ ਕਮੀ ਇਹ ਬਣਤਾ ਸੀ ਉਹਦੇ ਵਿੱਚ ਇਹ ਹੈ ਕਿ ਪਿੰਡ ਦਾ ਸਰਪੰਚ ਬੰਨਾ ਹੋਰ ਗੱਲ ਹੈ ਇੱਕ ਪ੍ਰਵਾਸੀਆਂ ਦਾ ਆਉਣਾ ਤੇ ਉੱਥੇ ਰਹਿਣਾ ਇਹ ਪਿੰਡ ਦੇ ਵੋਟਰ ਬੰਨਾ ਹੈ ਜਦ ਪਿੰਡ ਦੇ ਵੋਟਰ ਉਹ ਬਣ ਗਏ ਤਾਂ ਪਿੰਡ ਦੀ ਸਾਂਝੀ ਜਾਇਦਾਦ ਵੀ ਉਹਨਾਂ ਦੀ ਜਾਇਦਾਦ ਹੋ ਗਈ ਕਿਉਂਕਿ ਸਾਰੇ ਵੋਟਰਾਂ ਦੀ ਸਾਂਝੀ ਆ ਹੁਣ ਪਿੰਡ ਚ ਸਾਂਝੀ ਛੱਪੜ ਨੇ ਝਿੜੀਆਂ ਨੇ ਸੱਥਾ ਨੇ ਧਰਮ ਸ਼ਾਹਾ ਨੇ ਫੇਰ ਉਹਦੇ ਵਿੱਚ ਕਈਆਂ ਕੋ ਜਮੀਨ ਹੈ ਕਿ ਉਹਦਾ ਸਭ ਦਾ ਸਾਂਝਾ ਹੋ ਗਿਆ ਕਦ ਨੂੰ ਉਹ ਫਿਰ ਵੇਚਣ ਤੇ ਜੇ ਕਦ ਨੂੰ ਕੋਈ ਉਹ ਪਿੰਡ ਸਰਕਾਰ ਨੂੰ ਉਠਾਉਣਾ ਪੈਂਦਾ ਹੈ ਤਾਂ ਉਹਦੇ ਵਿੱਚ ਹਿੱਸਾ ਲਗੇ ਉਹ ਉਹਨਾਂ ਤਾਂ ਕੁਝ ਨਹੀਂ ਪਾਇਆ ਉਹਨਾਂ ਚ ਸਾਬਿਤ ਹੋ ਜਾਂਦੀ ਪਛੀ ਜਾਗਾ ਤੁਸੀਂ ਇਹ ਫਰਕ ਜਿਹੜਾ ਹੈ ਇਹਨੂੰ ਕੋਈ ਦੇਖਦਾ ਹੀ ਨਹੀਂ ਆਹ ਫਰਕ ਜਿਹੜਾ ਹੈ ਕਿ ਪੰਜਾਬ ਦੀ ਡੈਮੋਗ੍ਰਾਫੀ ਆਹ ਫੈਸਲਾ ਜਿਹੜਾ ਹੋਰ ਖਰਾਬ ਕਰੇਗਾ ਪਹਿਲਾਂ ਪੰਚਾਇਤਾਂ ਨਿਕਲਿਆ ਇੰਨਾ ਜਿਹੜੇ ਆਏ ਕਾਲੇ ਪੈਂਦੇ ਨੇ ਜਿਹੜੇ ਬੰਦਿਆਂ ਦੇ ਮਨ 'ਚ ਵੀ ਨਹੀਂ ਨਹੀਂ ਪੰਜਾਬ ਦੇ ਕੋਕਰੀਆਂ ਨੂੰ ਆਏ ਲੱਗਦਾ ਵੀ ਪੰਜਾਬ ਦੇ ਉਲਟ ਮੋੜਣਾ ਹੀ ਜਿਹੜਾ ਸਾਡਾ ਮਤਲਬ ਸਿਆਣਪ ਹੈ ਵੀ ਅਸੀਂ ਦੇਸ਼ ਭਗਤਾਂ ਵੱਡੇ ਪੰਜਾਬ ਦੇ ਉਲਟ ਮੋੜ ਕੇ ਤੁਸੀਂ ਦੇਸ਼ ਭਗਤ ਨਹੀਂ ਹੋ ਸਕਦੇ ਪੰਜਾਬ ਦੇ ਹੱਕ 'ਚ ਮੋੜਨ ਵਾਲਾ ਦੇਸ਼ ਭਗਤ ਹੋ ਸਕਦਾ ਪੰਜਾਬ ਜੇ ਨਹੀਂ ਰਹੂਗਾ ਦੇਸ਼ ਕਿਵੇਂ ਰਹੂਗਾ ਸੋ ਜੇ ਤੁਸੀਂ ਪੰਜਾਬ ਦੇ ਉਲਟ ਹਰ ਵਾਰ ਚ ਗੱਲ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਦੇਸ਼ ਦੇ ਵੀ ਉਲਟ ਕਰ ਰਹੇ ਹੋ ਪੰਜਾਬ ਦੇਸ਼ ਦਾ ਹੀ ਹਿੱਸਾ ਹੈ ਸੋ ਇਹ ਇਸ ਕਰਕੇ ਜਿਹੜਾ ਇਹ ਫੈਸਲਾ ਇਹਨੇ ਬੜੇ ਦੂਰ ਦਾ ਸਿੱਟੇ ਨਿਕਲਣ ਗਿਆ ਜੇ ਤਾਂ ਹੈ ਜਾਂ ਜਦ ਹੀ ਨਿਆ ਪੰਪਾ ਹੋਰ ਖੁੱਲਣ ਗਿਆ ਸਾਡੇ ਸਾਹਮਣੇ ਆਉਣ ਗਿਆ ਤਾਂ ਉਦੋਂ ਹੀ ਵੱਡੀ ਗੱਲ ਹੋਏਗੀ ਦੇਖਣ ਨੂੰ ਇਹ ਆਸਾਨ ਦਾ ਫੈਸਲਾ ਲੱਗਦਾ ਹੈ ਦੇਖਣ ਨੂੰ ਇਹ ਲੱਗਦਾ ਪਰ ਇਹਦੇ ਵਿੱਚ ਜਿਹੜੇ ਲਾਹ ਦੇ ਡਾਊਨ ਹੋ ਗਿਆ ਕਿਸਮ ਦਾ ਕਾਨੂੰਨ ਬਣ ਗਿਆ ਕਿਸਮ ਦਾ ਉਹ ਇਹ ਹੈ ਕਿ ਤੁਹਾਡੀ ਵੰਨ ਸੁਵੰਤਾ ਰੱਖਣੀ ਬਹੁਤੀ ਜ਼ਿਆਦਾ ਕੋਈ ਤੁਹਾਡਾ ਕੋਈ ਵੱਡਾ ਅਧਿਕਾਰ ਨਹੀਂ ਹੈ ਆਰਟੀਕਲ 29 ਨੂੰ ਇੰਟਰਪੀਟ ਕਰਿਆ ਸੁਪਰੀਮ ਕੋਰਟ ਨੇ ਨਤੀਕਾ ਕਿ ਅਸੀਂ ਆਪਦਾ ਸੱਭਿਆਚਾਰਕ ਜਿਹੜਾ ਹੈਗਾ ਉਹ ਵੱਖਰਾ ਰੱਖ ਸਕਦੇ ਹਾਂ ਉਹ ਉਹਦੇ ਉੱਤੇ ਕਿਹਾ ਵੀ ਇਹ ਕੋਈ ਇਹ ਕੋਈ ਐਬਸੋਲਿਊਟ ਜਨ ਕਿ ਇਹ ਪੂਰਾ ਹੈ ਸੋ ਇਹਦਾ ਮਤਲਬ ਸਾਡੀ ਵਨ ਸੁਵੰਤਾ ਦੇ ਨਾਲ ਟੱਕਰ ਸਕਦੀ ਹੈ ਸਾਨੂੰ ਬਹੁਤ ਚੇਤਨ ਹੋਣਾ ਪਏਗਾ ਔਰ ਇਹ ਹੌਲੀ ਹੌਲੀ ਕਹਿੰਦੇ ਸਹੇ ਨੂੰ ਨਹੀਂ ਰੋਂਦੇ ਪੈਸੇ ਨੂੰ ਰੋਣਿਆ ਇਹ ਹੌਲੀ ਹੌਲੀ ਲੋਕ ਜਿਹੜੇ ਨੇ ਇੱਥੇ ਜਿਵੇਂ ਪਹਿਲਾਂ 500 ਸਟੇਟ ਬਣ ਗਈ ਸੀ ਮਿੰਤਰ ਲਗਦਾ ਉਹਨਾਂ 500 ਦੀ ਬਜਾਏ 5000 ਹਰੇਕ ਜਿਹੜਾ ਹੀ ਜਿਹੜਾ ਨਹੀਂ ਬਲਕਿ ਪਿੰਡਾਂ ਦੇ ਮਤਲਬ ਪਿੰਡ ਜਿਹੜੇ ਨੇ ਉਹ ਕਹਿੰਗੇ ਜੀ ਸਾਡੇ ਆ 10 ਪਿੰਡ ਇਹ ਸਾਡਾ ਸੂਬਾ ਆ 10 ਪਿੰਡੇ ਸਾਡਾ ਸੂਬਾ ਜੇਸ਼ ਨੇ ਉਹ ਤਾਂ ਫਿਰ ਇਕੱਠੇ ਨਹੀਂ ਰਹਿ ਸਕਣਾ ਮਣੀਪੁਰ ਦੇ ਵਿੱਚ ਛੋਟਾ ਜਾਏਗਾ ਦੋ ਹਿੱਸੇ ਬਣਨੋ ਤੇ ਆਪਨੇ ਸੋ ਇਹ ਇਸ ਕਰਕੇ ਇਹ ਗੱਲ ਬੜੀ ਵੱਡੀ ਦੂਰ ਅਸਿੱਟੇ ਨਿਕ ਰਹੀ ਨੇ ਨਿੱਕੀ ਗੱਲ ਹੁੰਦੀ ਛੋਟੀ ਹੈ ਉਤੋਂ ਵੱਡੀ ਬਣ ਜਾਂਦੀ ਹੈ ਤੇ ਜੇ ਅਸੀਂ ਉਸ ਨੂੰ ਸ਼ੁਰੂ ਦੇ ਵਿੱਚ ਕਾਬੂ ਕਰ ਗਏ ਤਾਂ ਉਹ ਬਸ ਚਾ ਜਾਂਦੀ ਹੈ ਜੇ ਨਾ ਕਾਬੂ ਕਰੀਏ ਤਾਂ ਉਹ ਵੱਡੀ ਬਣ ਕੇ ਵੱਡੀ ਖਾਈ ਬਣ ਜਾਂਦੀ ਹੈ 파ੜਾ ਪਾਉਂਦੀ ਹੈ ਇਹ ਫੈਸਲੇ ਨੂੰ ਬੜੇ ਧਿਆਨ ਨਾਲ ਸੋਚਣ ਦੀ ਲੋੜ ਹੈ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਇਹਦੇ ਬਾਰੇ ਪੰਜਾਬ ਦੇ ਜਿਹੜੇ ਲੋਕ ਨੇ ਬਹੁਤਾ ਕੋਈ ਪ੍ਰੈਕਟੀਕਲ ਆ ਦੀ ਲੋੜ ਨਹੀਂ ਪਰ ਪੰਜਾਬ ਦੇ ਜਿਹੜੇ ਬੁੱਧੀਜੀਵੀ ਨੇ ਪੰਜਾਬ ਦੇ ਜਿਹੜੇ ਕਾਨੂੰਨ ਵਿਦਦ ਨੇ ਕਾਨੂੰਨ ਦੇ ਮਾਹਰ ਨੇ ਪੰਜਾਬ ਦੇ ਰਿਟਾਇਰਡ ਬਹੁਤ ਸਾਰੇ ਜੱਜ ਸਹਿਬਾਨ ਨੇ ਬਹੁਤ ਸਾਰੇ ਵੱਡੇ ਵੱਡੇ ਵਕੀਲ ਨੇ ਬਹੁਤ ਸਾਰੇ ਸਮਾਜ ਸ਼ਾਸਤਰ ਦੇ ਵਿਦਵਾਨ ਨੇ ਬਹੁਤ ਸਾਰੇ ਰਾਜਨੀਤੀ ਸ਼ਾਸਤਰ ਦੇ ਵਿਦਵਾਨ ਨੇ ਉਹਨਾਂ ਨੂੰ ਚਾਹੀਦਾ ਹੈ ਵੀ ਇਹਨਾਂ ਦੇ ਉੱਤੇ ਕਾਫੀ ਲੋਕਾਂ ਦੀ ਜਿਹੜੀ ਹੈਗੀ ਹੈ ਸਿੱਖਿਆ ਲੋਕਾਂ ਨੂੰ ਚਾੰਗਣਾ ਪਾਉਣ ਕਿ ਕੀ ਹੈ ਜਿੰਨਾ ਕਿ ਮੈਨੂੰ ਸਮਝ ਆਈ ਹੈ ਉਹ ਇਹ ਹੈ ਵੀ ਇਹ ਵੰਨਸਵੰਤਾ ਨੂੰ ਛੋਟਾ ਕਰ ਰਿਹਾ ਹੈ ਤੇ ਇਕਤਾ ਨੂੰ ਵੱਡਾ ਕਰ ਰਿਹਾ ਹੈ ਕਿ ਇਹ ਫੈਸਲਾ ਜਿਹੜਾ ਹੈ ਮੋਦੀ ਸਾਹਿਬ ਵੀ ਇਹੀ ਚਾਹੁੰਦੇ ਨੇ ਵੀ ਵੰਨਸਵੰਤਾ ਦਾ ਕੋਈ ਮਤ ਨਹੀਂ ਇੱਕ ਦੇਸ਼ ਇੱਕ ਪੋਤ ਇੱਕ ਬਣਾ ਲੈ ਕੇ ਕੇ ਕਾ ਦੇ ਇਹ ਇੱਕ ਹੀ ਕਾਲੇ ਵਸੇ ਨੋ ਮਦੰਦਾਇ ਕਰਸਤੇ ਪਰ ਜੇ ਅਸੀਂ ਇਸ ਨੂੰ ਖਤਮ ਕਰਾਂਗੇ ਤਾਂ ਇੱਕ ਕੁਦਰਤ ਵਿਰੋਧੀ ਜਾਏਗਾ ਕਾਨੂੰਨ ਜੋ ਮਰਜੀ ਕਾਨੂੰਨ ਵਿਧਨੇ ਉਹ ਕਾਨੂੰਨ ਫੈਸਲਾ ਕਰਨਾ ਉਹਨਾਂ ਦਾ ਕੰਮ ਹੈ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਲੋਕਾਂ ਵਾਸਤੇ ਹੁੰਦਾ ਹੈ ਜਿਹੜਾ ਕਾਨੂੰਨ ਕੁਦਰਤੀ ਇੱਕ ਸੁਰਤਾ ਨੂੰ ਤੋੜਦਾ ਹੋਵੇ ਮੈਨੂੰ ਲੱਗਦਾ ਹੈ ਕਿ ਉਹ ਕਾਨੂੰਨ ਫਿਰ ਬਦਲਣ ਦੀ ਲੋੜ ਹੁੰਦੀ ਹੈ ਕਾਨੂੰਨ ਕੁਦਰਤ ਦੇ ਨਾਲ ਇੱਕ ਸੁਰਤਾ ਨੂੰ ਕੁਦਰਤੀ ਵੰਸਵੰਤਾਂ ਨੂੰ ਕੁਦਰਤੀ ਵਿਵਿਧਾਨ ਨੂੰ ਤੋੜਨ ਵਾਲੇ ਜਿਹੜੇ ਕਾਨੂੰਨ ਨੇ ਉਹ ਸਮਾਜ ਨੂੰ ਉਸਾਂ ਕਰਦੇ ਸੋ ਰੋਪਸਾ ਤੁਸੀਂ ਸਮਾਂ ਕੱਢਿਆ ਗੱਲਬਾਤ ਵਿੱਚ ਸ਼ਾਮਲ ਹੋਏ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦੋਸਤੋ ਇਹ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹੋਗੇ ਵਿਤਮਾ ਡਾਕਟਰ ਪਰਲਲ ਕਰਕਸਾਪ ਜੁੜੇ ਹੋਏ ਸੀ ਧੰਨਵਾਦ